ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਇਨਫੋ ਪੰਜਾਬ ਚੈਨਲ। ਇਨਫੋ ਪੰਜਾਬ ਚੈਨਲ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਹਾਊ ਟੂ ਰਜਿਸਟਰ ਸਕੂਲ ਔਨ ਫੋਸਕੋਸ ਐਂਡ ਡਾਊਨਲੋਡ ਸਰਟੀਫਿਕੇਟ। ਜੋ ਫੂਡ ਸੇਫਟੀ ਆਫ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਵੈਬਸਾਈਟ ਹੈ, ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਮਿਡ ਡੇ ਮੀਲ ਨੂੰ ਤੁਸੀਂ ਆਪਣੇ ਸਕੂਲ ਦੇ ਚੱਲ ਰਹੇ ਮਿਡ ਡੇ ਮੀਲ ਦੇ ਕੰਮ ਨੂੰ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਫੋਸਕੋਸ ਦੇ ਅੰਦਰ ਰਜਿਸਟਰ ਹੋ ਕੇ ਸਰਟੀਫਿਕੇਟ ਲੈਣਾ ਹੈ। ਸੋ ਉਹ ਫੋਸਕੋਸ ਦੇ ਲਈ ਆਪਾਂ ਕਿਵੇਂ ਰਜਿਸਟਰ ਹੋਣਾ ਹੈ ਔਰ ਕਿਵੇਂ ਆਪਾਂ ਉਹ ਸਰਟੀਫਿਕੇਟ ਡਾਊਨਲੋਡ ਕਰਨਾ ਹੈ, ਉਸ ਸੰਬੰਧੀ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਵੀਡੀਓ ਵਿੱਚ ਦਿੱਤੀ ਜਾ ਰਹੀ ਹੈ। ਸੋ ਆਪ ਜੀ ਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ, ਜਿਸ ਦਾ ਨਾਮ ਹੈ ਇਨਫੋ ਪੰਜਾਬ, ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲ ਬਣੇ ਬੈਲ ਆਈਕਨ ਨੂੰ ਦਬਾ ਲਿਓ। ਸੋ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਡਾਕੂਮੈਂਟ ਦੀ, ਕਿਉਂਕਿ ਫੋਸਕੋਸ ਦੀ ਵੈਬਸਾਈਟ ਉੱਪਰ ਜਦੋਂ ਆਪਾਂ ਸਕੂਲ ਨੂੰ ਰਜਿਸਟਰ ਕਰਾਂਗੇ ਤਾਂ ਆਪਾਂ ਤੋਂ ਕੁਝ ਡਾਕੂਮੈਂਟ ਮੰਗੇ ਜਾਣਗੇ ਜੋ ਆਪਾਂ ਇੱਥੇ ਅਪਲੋਡ ਕਰਨੇ ਆ। ਸੋ ਤੁਸੀਂ ਉਹ ਡਾਕੂਮੈਂਟ ਪਹਿਲਾਂ ਹੀ ਆਪਣੇ ਕੋਲ ਰੱਖ ਲੈਣੇ ਆ ਤਾਂ ਕਿ ਚੱਲਦੇ ਕੰਮ ਦੌਰਾਨ ਤੁਹਾਨੂੰ ਉੱਠਣਾ ਪਵੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਕੀ ਚਾਹੀਦਾ ਹੈ ਜੀ? ਮੈਕਸੀਮਮ 2 ID ਪ੍ਰੂਫ ਆਫ ਸਕੂਲ ਹੈੱਡ ਜਾਂ ਐਂਡ MDM ਇੰਚਾਰਜ। ਜਾਂ ਤਾਂ ਤੁਸੀਂ ਸਕੂਲ ਹੈੱਡ ਦੇ 2 ਪ੍ਰੂਫ ਆਪਦੇ ਕੋਲ ਰੱਖ ਲਓ ਜਾਂ ਫਿਰ ਮਿਡ ਡੇ ਮੀਲ ਇੰਚਾਰਜ ਦੇ 2 ਪ੍ਰੂਫ ਆਪਦੇ ਕੋਲ ਰੱਖ ਲਓ, ਕਿਉਂਕਿ ਇਹ ਦੋਨੇ ਸਰਟੀਫਿਕੇਟ ਤੁਹਾਨੂੰ ਇੱਥੇ ਅਪਲੋਡ ਕਰਨੇ ਪੈਣਗੇ। ਸੋ ਇਹਨਾਂ ਵਿੱਚ ਕੀ ਮੰਗਿਆ ਗਿਆ? ਜਾਂ ਤਾਂ ਵੋਟਰ ਆਈਡੀ ਕਾਰਡ ਰੱਖ ਸਕਦੇ ਹੋ, ਜਾਂ ਤੁਸੀਂ ਪੈਨ ਕਾਰਡ ਰੱਖ ਸਕਦੇ ਹੋ, ਜਾਂ ਆਪਣਾ ਡਰਾਈਵਿੰਗ ਲਾਇਸੈਂਸ ਰੱਖ ਸਕਦੇ ਹੋ, ਜਾਂ ਪਾਸਪੋਰਟ ਰੱਖ ਸਕਦੇ ਹੋ। ਇਸ ਤਰ੍ਹਾਂ ਦੇ ਸਰਟੀਫਿਕੇਟ ਇੱਥੇ ਅਪਲੋਡ ਕਰਨ ਲਈ ਮੰਗੇ ਗਏ ਨੇ। ਸੋ ਇਸ ਤੋਂ ਬਾਅਦ ਦੂਸਰੀ ਚੀਜ਼ ਤੁਹਾਨੂੰ ਕੀ ਚਾਹੀਦੀ ਹੈ? ਸਕੂਲ ਦਾ ਜੋ ਬਿਜਲੀ ਬਿੱਲ ਹੈਗਾ ਵਾ ਤੁਹਾਨੂੰ ਉਹ ਆਪਣੇ ਕੋਲ ਰੱਖਣਾ ਪੈਣਾ ਵਾ, ਕਿਉਂਕਿ ਉਹਦੀ ਫੋਟੋ ਵੀ ਅਪਲੋਡ ਹੋਵੇਗੀ। ਇਸ ਤੋਂ ਇਲਾਵਾ ਸਕੂਲ ਦੇ ਮੇਨ ਗੇਟ ਦੀ ਫੋਟੋ ਵੀ ਤੁਸੀਂ ਇੱਥੇ ਅਪਲੋਡ ਕਰਨੀ ਹੈ। ਇਸ ਕਰਕੇ ਸਕੂਲ ਦੀ ਮੇਨ ਐਂਟਰੀ ਪੁਆਇੰਟ ਜਾਂ ਮੇਨ ਗੇਟ ਦੀ ਫੋਟੋ ਵੀ ਤੁਸੀਂ ਮੋਬਾਈਲ ਵਿੱਚ ਖਿੱਚ ਕੇ ਆਪਣੇ ਕੋਲੇ ਰੱਖ ਲਵੋ। ਸੋ ਇਹਨਾਂ ਸਭ ਚੀਜ਼ਾਂ ਰੱਖਣ ਤੋਂ ਬਾਅਦ ਆਪਾਂ ਨੂੰ ਇਹ ਸਰਟੀਫਿਕੇਟ, ਕਿਉਂਕਿ ਵੈਬਸਾਈਟ ਉੱਪਰ ਅਪਲੋਡ ਕਰਨੇ ਹੈ ਔਰ ਵੈਬਸਾਈਟ ਨੇ ਇਹਨਾਂ ਸਾਈਜ਼ 5 MB ਮੰਗਿਆ ਹੈ। ਸੋ 5 MB ਦੇ ਸਾਈਜ਼ ਬਣਾਉਣ ਲਈ ਤੁਹਾਡੇ ਕੋਲ ਇਹ ਐਪ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਫੋਟੋ ਐਂਡ ਪਿਕਚਰ ਰੀਸਾਈਜ਼ਰ ਐਪ ਵੀ ਆਪਣੇ ਫੋਨ ਵਿੱਚ ਡਾਊਨਲੋਡ ਕਰ ਲੈਣੀ ਹੈ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਰਾਮ ਦੇ ਨਾਲ ਜੋ ਵੀ ਫੋਟੋ ਨੇ ਜਿਸ ਸਾਈਜ਼ ਵਿੱਚ ਮੰਗੀ ਹੈ ਆਰਾਮ ਨਾਲ ਡਾਊਨਲੋਡ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਆਪ ਜੀ ਨੂੰ ਰਿਕੁਐਸਟ ਹੈ ਕਿ ਸਾਡੇ ਵੱਲੋਂ ਜੋ 2 ਗਰੁੱਪ ਚਲਾਏ ਜਾ ਰਹੇ ਆ, PMFS ਐਂਡ ਮਿਡ ਡੇ ਮੀਲ ਗਰੁੱਪ, ਇਹਨਾਂ ਦੋਨਾਂ ਗਰੁੱਪਸ ਨੂੰ ਤੁਸੀਂ ਵਟਸਐਪ ਜਾਂ ਟੈਲੀਗ੍ਰਾਮ ਦੇ ਰਾਹੀਂ ਜੁਆਇਨ ਕਰ ਸਕਦੇ ਹੋ। ਇਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ। ਅਗਰ ਤੁਸੀਂ ਗਰੁੱਪ ਵੀ ਨਹੀਂ ਜੁਆਇਨ ਕਰਨਾ ਚਾਹੁੰਦੇ ਤਾਂ ਤੁਹਾਨੂੰ ਰਿਕੁਐਸਟ ਹੈ ਕਿ ਇਨਫੋ ਪੰਜਾਬ ਵਟਸਐਪ ਚੈਨਲ ਚਲਾਇਆ ਜਾ ਰਿਹਾ, ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ। ਤੁਸੀਂ ਉੱਥੋਂ ਜਾ ਕੇ ਇਨਫੋ ਪੰਜਾਬ ਦੇ ਜੋ ਵਟਸਐਪ ਚੈਨਲ ਹੈਗਾ ਵਾ ਉਸ ਨੂੰ ਜੁਆਇਨ ਕਰ ਲਵੋਗੇ। ਉਸ ਨੂੰ ਜੁਆਇਨ ਕਰਨ ਦਾ ਫਾਇਦਾ ਇਹ ਹੋਵੇਗਾ ਕਿ ਨਾ ਤਾਂ ਤੁਹਾਨੂੰ ਵਾਧੂ ਮੈਸੇਜ ਆਉਣਗੇ ਔਰ ਨਾ ਹੀ ਤੁਹਾਡਾ ਟਾਈਮ ਵੇਸਟ ਹੋਵੇਗਾ, ਔਰ ਔਨ ਦਾ ਸਪੋਟ ਜੋ ਅਸੀਂ ਮੈਸੇਜ ਪਾਵਾਂਗੇ ਸਭ ਤੋਂ ਪਹਿਲਾਂ ਇਸੇ ਚੈਨਲ ਵਿੱਚ ਪਾਉਣੇ ਆ। ਸੋ ਚਲੋ ਜੀ, ਹੁਣ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੂਗਲ ਸਰਚ ਦੇ ਵਿੱਚ FOSCOS ਲਿਖ ਕੇ ਸਰਚ ਕਰ ਲੈਣਾ ਹੈ। FOSCOS ਲਿਖਣ ਤੋਂ ਬਾਅਦ ਆਪਣੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਵੈਬਸਾਈਟ ਆਵੇਗੀ ਜਿਸ ਦਾ ਨਾਮ ਹੈ FOSCOS.FSSAI.GOV.IN। ਸੋ ਆਪਾਂ ਇਸ ਲਿੰਕ ਨੂੰ, ਇਸ ਵੈਬਸਾਈਟ ਨੂੰ ਆਪਾਂ ਨੂੰ ਨਜ਼ਰ ਆ ਰਹੀ ਹੈ, ਇਸ ਨੂੰ ਆਪਾਂ ਓਪਨ ਕਰ ਲੈਣਾ ਹੈ। ਸੋ ਇਸ ਨੂੰ ਓਪਨ ਕਰਦੇ ਆਪਣੇ ਸਾਹਮਣੇ ਪ੍ਰੋਸੈਸਿੰਗ ਸ਼ੁਰੂ ਹੋਵੇਗੀ ਔਰ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆਪਣੇ ਸਾਹਮਣੇ ਆਵੇਗਾ, ਜਿਹਦੇ ਵਿੱਚ ਕਿ ਆਪਾਂ ਨੂੰ ਪੋਪ ਅਪ ਨਜ਼ਰ ਆ ਰਿਹਾ ਜਿਸ ਨੂੰ ਕਿ ਆਪਾਂ ਹੇਠਾਂ ਤੋਂ ਕਲੋਜ਼ ਕਰ ਦੇਣਾ ਹੈ। ਕਲੋਜ਼ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਹ ਜੋ ਵੈਬਸਾਈਟ ਹੈਗੀ ਹੈ ਖੁੱਲ ਜਾਵੇਗੀ, ਜੋ ਕਿ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਮੈਂ ਤੁਹਾਨੂੰ ਇਸ ਵੈਬਸਾਈਟ ਨੂੰ ਸਾਰੀ ਸਕਰੋਲ ਨੂੰ ਕਰਕੇ ਦਿਖਾ ਦਿੰਦਾ ਵਾਂ। ਸੋ ਇਸ ਵੈਬਸਾਈਟ ਤੋਂ ਖੁੱਲਣ ਤੋਂ ਬਾਅਦ ਆਪਾਂ ਅੱਗੇ ਕੀ ਕਰਨਾ ਹੈ ਆਓ ਤੁਹਾਨੂੰ ਦੱਸੀਏ। ਸੋ FOSCOS ਦੀ ਵੈਬਸਾਈਟ ਖੁੱਲਣ ਤੋਂ ਬਾਅਦ ਆਪਾਂ ਸਕਰੋਲ ਡਾਊਨ ਕਰਦੇ ਹੋਏ ਹੇਠਾਂ ਜਾਣਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਿਖਿਆ ਆ ਰਿਹਾ ਵਾ, ਸੈਕਿੰਡ ਨੰਬਰ ਤੇ ਲਿਖਿਆ ਆ ਰਿਹਾ ਵਾ ਅਪਲਾਈ ਫਾਰ ਨਿਊ ਲਾਇਸੈਂਸ ਪਬਲਿਕ ਰਜਿਸਟ੍ਰੇਸ਼ਨ। ਸੋ ਆਪਾਂ ਇਸ ਲਿੰਕ ਨੂੰ ਜੋ ਕਿ ਸੈਕਿੰਡ ਨੰਬਰ ਤੇ ਨਜ਼ਰ ਆ ਰਿਹਾ ਹੈ ਅਪਲਾਈ ਫਾਰ ਨਿਊ ਲਾਇਸੈਂਸ ਔਰ ਰਜਿਸਟ੍ਰੇਸ਼ਨ, ਇਸ ਨੂੰ ਆਪਾਂ ਕਲਿੱਕ ਕਰਕੇ ਓਪਨ ਕਰ ਲੈਣਾ ਹੈ। ਸੋ ਇਸ ਨੂੰ ਓਪਨ ਕਰਦੇ ਹੀ ਆਪਣੇ ਸਾਹਮਣੇ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ ਔਰ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆਪਣੇ ਸਾਹਮਣੇ ਖੁੱਲ ਕੇ ਆ ਜਾਂਦਾ ਹੈ। ਸੋ ਇਸ ਜਗ੍ਹਾ ਦੇ ਉੱਪਰ ਆਪਾਂ ਨੂੰ 4 ਕਲਰਫੁੱਲ ਜੋ ਬਾਕਸ ਨੇ ਉਹ ਨਜ਼ਰ ਆ ਰਹੇ ਨੇ। ਆਪਾਂ ਇਹਦੇ ਵਿੱਚ ਕੀ ਕਰਨਾ ਹੈ, ਜਨਰਲ ਵਾਲਾ ਜੋ ਬਾਕਸ ਹੈਗਾ ਸੈਕਿੰਡ ਨੰਬਰ ਦੇ ਉੱਪਰ, ਇਸ ਨੂੰ ਕਲਿੱਕ ਕਰਕੇ ਖੋਲ ਲੈਣਾ ਹੈ। ਇਸ ਨੂੰ ਖੋਲਣ ਤੋਂ ਬਾਅਦ ਜਦੋਂ ਆਪਾਂ ਸਕਰੋਲ ਡਾਊਨ ਕਰਦੇ ਹਾਂ ਤਾਂ ਆਪਾਂ ਤੋਂ ਇਹ ਦੇਖੋ ਸਟੇਟ ਪੁੱਛਦਾ ਕਿ ਤੁਹਾਡਾ ਸਟੇਟ ਕਿਹੜਾ ਹੈ, ਤਾਂ ਆਪਾਂ ਇੱਥੋਂ ਆਪਣਾ ਸਟੇਟ ਸਿਲੈਕਟ ਕਰ ਲੈਣਾ ਹੈ। ਸੋ ਇਹਦੇ ਵਿੱਚ ਆਪਾਂ ਜੋ ਆਪਣਾ ਸਟੇਟ ਹੈਗਾ ਵਾ ਪੰਜਾਬ, ਸਕਰੋਲ ਡਾਊਨ ਕਰਦੇ ਹੋਏ ਹੇਠਾਂ ਜਾਵਾਂਗੇ ਔਰ ਪੰਜਾਬ ਸਟੇਟ ਨੂੰ ਇੱਥੋਂ ਆਪਾਂ ਸਿਲੈਕਟ ਕਰ ਲਵਾਂਗੇ। ਸੋ ਪੰਜਾਬ ਸਟੇਟ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਸਕਰੋਲ ਡਾਊਨ ਕਰਦੇ ਹੋਏ ਹੇਠਾਂ ਜਾਣਾ ਹੈ। ਹੇਠਾਂ ਜਾ ਕੇ ਤੁਸੀਂ ਦੇਖੋ ਆਪਸ਼ਨਸ ਆ ਰਹੀ ਹੈ ਮੈਨੂਫੈਕਚਰਰ, ਟੈਕਸ ਰਿਟੇਲ, ਫੂਡ ਸਰਵਿਸਿਜ਼। ਤੋਂ ਆਪਾਂ ਕੀ ਕਰਨਾ, ਜੋ 3rd ਨੰਬਰ ਤੇ ਆਪਸ਼ਨ ਆ ਰਹੀ ਹੈ ਫੂਡ ਸਰਵਿਸਿਜ਼ ਦੀ, ਆਪਾਂ ਇਸ ਫੂਡ ਸਰਵਿਸਿਜ਼ ਵਾਲੀ ਆਪਸ਼ਨ ਨੂੰ ਟੱਚ ਕਰਕੇ ਖੋਲਣਾ ਹੈ। ਸੋ ਇਸ ਨੂੰ ਖੋਲਣ ਤੋਂ ਬਾਅਦ ਆਪਣੇ ਸਾਹਮਣੇ ਕੁਝ ਇਸ ਤਰ੍ਹਾਂ ਦੇ ਨੇਮ ਖੁੱਲ ਜਾਂਦੇ ਆ। ਸੋ ਇਹਨਾਂ ਨੂੰ ਆਪਾਂ
ਸਕਰੋਲ ਕਰਦੇ ਹੋਏ ਹੇਠਾਂ ਜਾਵਾਂਗੇ ਤਾਂ ਦੇਖੋ ਆਪਾਂ ਨੂੰ ਨਜ਼ਰ ਆ ਰਿਹਾ ਮਿਡ ਡੇ ਮੀਲ ਕੈਟਰਸ ਔਰ ਮਿਡ ਡੇ ਮੀਲ ਕੰਟੀਨ। ਸੋ ਆਪਾਂ ਇਹਦੇ ਵਿੱਚ ਕੀ ਕਰਨਾ, ਸਭ ਤੋਂ ਪਹਿਲਾਂ ਆਪਾਂ ਮਿਡ ਡੇ ਮੀਲ ਕੰਟੀਨ ਨੂੰ ਟੱਚ ਕਰ ਲੈਣਾ। ਸੋ ਆਪਾਂ ਮਿਡ ਡੇ ਮੀਲ ਕੰਟੀਨ ਨੂੰ ਟੱਚ ਕਰ ਲੈਂਦੇ ਹਾਂ। ਮਿਡ ਡੇ ਮੀਲ ਕੰਟੀਨ ਨੂੰ ਟੱਚ ਕਰਦੇ ਦੇਖੋ ਆਪਣੇ ਸਾਹਮਣੇ ਇੱਕ ਨਵਾਂ ਨੀਚੇ ਹੀ ਨੀਚੇ ਨਵੇਂ ਆਪਸ਼ਨ ਖੁੱਲਦੇ ਜਾ ਰਹੇ ਨੇ। ਸੋ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ, ਸੋ ਮਿਡ ਡੇ ਮੀਲ ਕੰਟੀਨ ਨੂੰ ਟੱਚ ਕਰਨ ਤੋਂ ਬਾਅਦ ਜੋ ਆਪਣੇ ਸਾਹਮਣੇ ਦੋ ਆਪਸ਼ਨ ਨੀਚੇ ਖੁੱਲ ਜਾਂਦੀਆਂ ਨੇ। ਸੋ ਆਪਾਂ ਜੋ ਸੈਕਿੰਡ ਨੰਬਰ ਤੇ ਆਪਸ਼ਨ ਆ ਰਹੀ ਹੈ ਟਰਨ ਓਵਰ ਅਪ ਟੂ 12 ਲੱਖ, ਸੋ ਆਪਾਂ ਇਸ ਨੂੰ ਟੱਚ ਕਰਕੇ ਖੋਲ ਲੈਣਾ ਹੈ। ਸੋ ਇਸ ਨੂੰ ਆਪਾਂ ਟੱਚ ਕਰ ਦਿੰਦੇ ਹਾਂ। ਸੋ ਸੈਕਿੰਡ ਨੰਬਰ ਦੀ ਆਪਸ਼ਨ ਨੂੰ ਟੱਚ ਕਰਨ ਤੋਂ ਬਾਅਦ ਆਪਾਂ ਸਕਰੋਲ ਡਾਊਨ ਕਰਦੇ ਹੋਏ ਨੀਚੇ ਆਵਾਂਗੇ, ਦੇਖੋ ਨੀਚੇ ਆ ਕੇ ਲਿਖਿਆ ਆ ਰਿਹਾ ਹੈ ਪ੍ਰੋਸੀਡ ਦੀ ਆਪਸ਼ਨ ਆ ਰਹੀ ਹੈ। ਸੋ ਆਪਾਂ ਇੱਥੇ ਇਸ ਨੂੰ ਪ੍ਰੋਸੀਡ ਕਰ ਦਵਾਂਗੇ। ਸੋ ਇਸ ਨੂੰ ਪ੍ਰੋਸੀਡ ਕਰਨ ਤੋਂ ਬਾਅਦ ਆਪਣੇ ਸਾਹਮਣੇ ਇੱਕ ਨਵਾਂ ਪੇਜ ਖੁੱਲਦਾ ਜਿੱਥੇ ਲਿਖਿਆ ਵਿਊ ਐਲੀਜੀਬਿਲਟੀ। ਸੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਫੂਡ ਸਰਵਿਸਿਸ ਮਿਡ ਡੇ ਮੀਲ ਕੰਟੀਨ ਟੱਚ ਕਰਕੇ ਇਸ ਜਗ੍ਹਾ ਤੇ ਆਏ ਸੀਗੇ ਔਰ ਨੀਚੇ ਲਿਖਿਆ ਹੋਇਆ ਯੂ ਆਰ ਐਲੀਜੀਬਲ ਫਾਰ ਰਜਿਸਟ੍ਰੇਸ਼ਨ, ਕਲਿੱਕ ਟੂ ਪ੍ਰੋਸੀਡ। ਸੋ ਆਪਾਂ ਇਸ ਗ੍ਰੀਨ ਬਟਨ ਨੂੰ ਕਲਿੱਕ ਕਰਕੇ ਅੱਗੇ ਪ੍ਰੋਸੀਡ ਕਰ ਜਾਣਾ ਹੈ। ਸੋ ਇਸ ਨੂੰ ਅੱਗੇ ਪ੍ਰੋਸੀਡ ਕਰਨ ਤੋਂ ਬਾਅਦ ਆਪਣੇ ਸਾਹਮਣੇ ਇੱਕ ਫਾਰਮ ਖੁੱਲਦਾ ਹੈ ਜਿਹਦੇ ਵਿੱਚ ਕਿ ਐਪਲੀਕੈਂਟਸ ਦੀ ਡਿਟੇਲਸ ਜੋ ਹੈਗੇ ਨੇ ਉਹ ਭਰੀਆਂ ਜਾਣੀਆਂ। ਸੋ ਆਪਾਂ ਹੁਣ ਉਸ ਪੇਜ 'ਤੇ ਆ ਚੁੱਕੇ ਹਾਂ ਜਿਸ ਪੇਜ ਦੇ ਉੱਪਰ ਮਿਡ ਡੇ ਮੀਲ ਜੋ ਇੰਚਾਰਜ ਹੈਗਾ ਵਾ ਉਸਨੇ ਆਪਣੀ ਜੋ ਡਿਟੇਲਸ ਹੈਗੀ ਇਹਨੇ ਇੱਥੇ ਫਿਲ ਕਰਨੀਆਂ ਨੇ। ਸੋ ਫਾਰਮ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਪੁੱਛੀ ਗਈ ਹੈ ਜੀ ਐਪਲੀਕੈਂਟ ਦੀ ਡਿਟੇਲਸ। ਸੋ ਇੱਥੇ ਪੁੱਛ ਰਿਹਾ ਨੇਮ ਆਫ ਦਾ ਐਪਲੀਕੈਂਟ ਪਬਲਿਕ ਕੰਪਨੀ, ਤੋ ਇਸ ਜਗ੍ਹਾ ਦੇ ਉੱਪਰ ਆਪਾਂ ਆਪਣੇ ਸਕੂਲ ਦਾ ਜੋ ਨਾਮ ਹੈਗਾ ਵਾ ਉਹ ਇੱਥੇ ਫਿਲ ਕਰ ਦੇਣਾ। ਸੋ ਆਪਾਂ ਇੱਥੇ ਆਪਣੇ ਸਕੂਲ ਦਾ ਨਾਮ ਫਿਲ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਜਗ੍ਹਾ ਦੇ ਉੱਪਰ ਸਕੂਲ ਦਾ ਨਾਮ ਫਿਲ ਕਰ ਦਿੱਤਾ ਹੈ। ਸਕੂਲ ਦਾ ਨਾਮ ਫਿਲ ਕਰਨ ਤੋਂ ਪਹਿਲਾਂ ਬਾਅਦ ਵਿੱਚ ਆਪਾਂ ਜੋ ਨੀਚੇ ਡੈਜੀਗਨੇਸ਼ਨ ਪੁੱਛਿਆ ਜਾ ਰਿਹਾ ਸਕੂਲ ਦਾ, ਸੋ ਇੱਥੇ ਆਪਾਂ ਇੰਡੀਵਿਜੁਅਲ ਨੂੰ ਸਿਲੈਕਟ ਕਰ ਦੇਣਾ। ਸੋ ਜਦੋਂ ਤੁਸੀਂ ਸਕੂਲ ਦਾ ਨਾਮ ਫਿਲ ਕਰਨਾ ਹੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਆਪਣੇ ਸਕੂਲ ਦਾ ਜੋ ਅਗਰ ਗੌਰਮੈਂਟ ਹਾਈ ਸਕੂਲ ਹੈ ਤਾਂ GHS ਲਿਖਣਾ ਹੈ ਔਰ ਉਸ ਤੋਂ ਬਾਅਦ ਆਪਣੇ ਜੋ ਸਕੂਲ ਦੇ ਪਿੰਡ ਦਾ ਨਾਮ ਹੈ ਜੋ ਵੀ ਤੁਹਾਡਾ ਸਕੂਲ ਦਾ ਨਾਮ ਹੈ ਜਿਸ ਵੀ ਪਿੰਡ ਵਿੱਚ ਹੈਗਾ ਉਹ ਲਿਖ ਦੇਣਾ। ਸੋ ਇਸ ਨੂੰ ਥੋੜ੍ਹਾ ਸ਼ਾਰਟ ਫਾਰਮ 'ਚ ਲਿਖੋ, ਮਤਲਬ GPS ਅਗਰ ਪ੍ਰਾਇਮਰੀ ਸਕੂਲ ਹੈ GPS ਤੋਂ ਅੱਗੇ ਵਿਲੇਜ ਨੇਮ, ਹਾਈ ਸਕੂਲ ਹੈ ਤਾਂ GHS ਅੱਗੇ ਵਿਲੇਜ ਨੇਮ ਤੁਸੀਂ ਲਿਖਣਾ ਹੈ। ਸੋ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਵੀ ਤੁਹਾਡਾ ਸਕੂਲ ਹੈਗਾ ਵਾ ਉਹ ਨਾਮ ਤੁਸੀਂ ਇੱਥੇ ਲਿਖ ਦੇਣਾ। ਸੋ ਡੈਜੀਗਨੇਸ਼ਨ ਵਿੱਚ ਇੰਡੀਵਿਜੁਅਲ ਲਿਖਣ ਤੋਂ ਬਾਅਦ ਆਪਾਂ ਅੱਗੇ ਪ੍ਰੋਸੀਡ ਕਰਦੇ ਹਾਂ। ਸੋ ਅੱਗੇ ਲਿਖਿਆ ਰਿਹਾ ਕਾਇੰਡ ਆਫ ਬਿਜ਼ਨਸ। ਸੋ ਜੋ ਕਾਇੰਡ ਆਫ ਬਿਜ਼ਨਸ ਹੈਗਾ ਵਾ ਉਹ ਫੂਡ ਸਰਵਿਸਿਸ ਮਿਡ ਡੇ ਮੀਲ ਕੰਟੀਨ ਆਲਰੇਡੀ ਚੈੱਕਡ ਆ ਰਿਹਾ ਵਾ, ਆਲਰੇਡੀ ਟਿਕਟ ਆ ਰਿਹਾ ਕਿਉਂਕਿ ਆਪਾਂ ਪਿੱਛੇ ਲਗਾ ਕੇ ਆਏ ਹਾਂ। ਸੋ ਇਸ ਨੂੰ ਇਸੇ ਤਰ੍ਹਾਂ ਰਹਿੰਦੇ ਨੇ। ਹੁਣ ਆਪਾਂ ਅੱਗੇ ਪ੍ਰੋਸੀਡ ਕਰਦੇ ਹਾਂ। ਅੱਗੇ ਐਡਰੈਸ ਦਾ ਆ ਰਿਹਾ ਜੀ ਕਾਲਮ। ਸੋ ਇੱਥੇ ਐਡਰੈਸ ਆਫ ਦਾ ਪ੍ਰੀਮਿਸਿਸ ਵੇਅਰ ਫੂਡ ਬਿਜ਼ਨਸ ਇਜ਼ ਲੋਕੇਟਡ, ਕਿ ਕਿੱਥੇ ਖਾਣਾ ਬਣਦਾ ਜੋ ਵੀ ਸਕੂਲ ਦੇ ਵਿੱਚ ਉਸ ਸਕੂਲ ਦਾ ਆਪਾਂ ਇੱਥੇ ਐਡਰੈਸ ਫਿਲ ਕਰਨਾ ਹੈ। ਸੋ ਐਡਰੈਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਲਿਖਣਾ ਜੀ ਸਕੂਲ ਦਾ ਨੇਮ। ਸੋ ਇਸ ਜਗ੍ਹਾ ਦੇ ਉੱਪਰ ਆਪਾਂ ਸਕੂਲ ਦਾ ਨੇਮ ਫਿਲ ਕਰ ਦਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਜਗ੍ਹਾ ਦੇ ਉੱਪਰ ਸਕੂਲ ਦਾ ਨੇਮ ਫਿਲ ਕਰਤਾ। ਅੱਗੇ ਜੋ ਸਟੇਟ ਹੈਗੀ ਹੈ ਉਹ ਆਪਣੀ ਆਲਰੇਡੀ ਸਿਲੈਕਟਡ ਆ ਰਹੀ ਹੈ, ਪੰਜਾਬ ਆ ਰਹੀ ਹੈ। ਇਸ ਤੋਂ ਬਾਅਦ ਆਪਣਾ ਡਿਸਟ੍ਰਿਕਟ ਪੁੱਛਿਆ ਜਾ ਰਿਹਾ। ਸੋ ਤੁਸੀਂ ਜਿਹੜੇ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹੋ ਉਸ ਨੂੰ ਟੱਚ ਕਰਕੇ ਉਹ ਡਿਸਟ੍ਰਿਕਟ ਤੁਸੀਂ ਇੱਥੇ ਫਿਲ ਕਰ ਦੇਣਾ। ਸੋ ਜਿਸ ਤਰ੍ਹਾਂ ਕਿ ਮੈਂ ਇਸ ਜਗ੍ਹਾ ਦੇ ਉੱਪਰ ਲੁਧਿਆਣਾ ਡਿਸਟ੍ਰਿਕਟ ਨੂੰ ਫਿਲ ਕਰ ਦਿੰਦਾ ਟੱਚ ਕਰਕੇ। ਸੋ ਡਿਸਟ੍ਰਿਕਟ ਲੱਗ ਗਿਆ। ਡਿਸਟ੍ਰਿਕਟ ਲੱਗਣ ਤੋਂ ਬਾਅਦ ਆਪਾਂ ਤੋਂ ਪੁੱਛਿਆ ਜਾ ਰਿਹਾ ਸਬ ਡਿਵੀਜ਼ਨ ਸਟੇਸ਼ਨ, ਤਾਂ ਤੁਸੀਂ ਇੱਥੇ ਆਪਣੀ ਜੋ ਤਹਿਸੀਲ ਹੈਗੀ ਹੈ ਜਿਸ ਬਲੋਕ ਦੇ ਵੀ ਤੁਹਾਡਾ ਸਕੂਲ ਹੈਗਾ ਵਾ ਉਸ ਨੂੰ ਇੱਥੇ ਟੱਚ ਕਰਨਾ ਹੈ। ਸੋ ਜਿਵੇਂ ਤੁਸੀਂ ਸਿਲੈਕਟ ਸਬ ਡਿਵੀਜ਼ਨ ਨੂੰ ਸਿਲੈਕਟ ਕਰੋਗੇ ਤੁਹਾਡੇ ਸਾਹਮਣੇ ਕੁਝ ਆਪਸ਼ਨਸ ਖੁੱਲ ਗਈਆਂ ਨੇ, ਜਿਸ ਤਰ੍ਹਾਂ ਕਿ ਲੁਧਿਆਣਾ ਬੰਦ ਦੇ ਵਿੱਚ ਮਾਡਲ ਟਾਊਨ ਦੁਗੜੀ, POG ਹੈਬੋਵਾਲ ਸਰਾਭਾ ਦੀ ਤਹਿਸੀਲਾਂ ਲਿਖੀਆਂ ਆ ਰਹੀਆਂ। ਇਸੇ ਤਰ੍ਹਾਂ 2 ਨੰਬਰ ਦੇ ਵਿੱਚ ਵੀ ਲੁਧਿਆਣੇ ਦੀਆਂ ਤਹਿਸੀਲਾਂ ਲਿਖੀਆਂ ਆ ਰਹੀਆਂ ਨੇ। ਤੁਸੀਂ ਜਿਸ ਨੰਬਰ ਅੰਕ ਦੇ ਵਿੱਚ ਤੁਹਾਡੀ ਤਹਿਸੀਲ ਹੋਵੇਗੀ ਤੁਸੀਂ ਉਸਨੂੰ ਸਿਲੈਕਟ ਕਰ ਲੈਣਾ। ਜਿਸ ਤਰ੍ਹਾਂ ਕਿ ਸਾਡੀ ਜੋ ਤਹਿਸੀਲ ਹੈਗੀ ਹੈ ਲੁਧਿਆਣਾ 6 ਦੇ ਵਿੱਚ ਲਿਖੀ ਹੋਈ ਨਜ਼ਰ ਆ ਰਹੀ ਹੈ। ਸੋ ਆਪਾਂ ਲੁਧਿਆਣਾ ਸਿਲੈਕਟ 6 ਨੂੰ ਸਿਲੈਕਟ ਕਰ ਲੈਣਾ ਹੈ। ਸੋ ਲੁਧਿਆਣਾ 6 ਨੂੰ ਸਿਲੈਕਟ ਕਰਨ ਤੋਂ ਬਾਅਦ ਅੱਗੇ ਵਿਲੇਜ ਪੁੱਛਿਆ ਰਿਹਾ। ਸੋ ਜਿਵੇਂ ਆਪਾਂ ਵਿਲੇਜ ਸਿਲੈਕਟ ਕਰਾਂਗੇ ਤਾਂ ਇਸ ਜਗ੍ਹਾ ਦੇ ਉੱਪਰ ਤੁਹਾਡੇ ਵਿਲੇਜ ਦਾ ਨਾਮ ਨਹੀਂ ਆਵੇਗਾ, ਇਸ ਜਗ੍ਹਾ ਤੇ ਆਵੇਗਾ ਕਿ ਤੁਹਾਡੇ ਵਿਲੇਜ ਨੂੰ ਕਿਹੜਾ ਪੁਲਿਸ ਸਟੇਸ਼ਨ ਲੱਗਦਾ ਹੈ। ਸੋ ਤੁਹਾਡੇ ਹਲਕੇ ਦੇ ਵਿੱਚ ਤੁਹਾਨੂੰ ਜੋ ਵੀ ਪੁਲਿਸ ਸਟੇਸ਼ਨ ਲੱਗਦਾ ਹੈ ਤੁਸੀਂ ਉਸ ਪੁਲਿਸ ਸਟੇਸ਼ਨ ਉੱਥੇ ਟਿਕ ਕਰ ਲੈਣਾ, ਜਿਵੇਂ ਕਿ ਆਪਾਂ ਇਸ ਜਗ੍ਹਾ ਦੇ ਉੱਪਰ ਜੋ ਪੁਲਿਸ ਸਟੇਸ਼ਨ ਹੈਗਾ ਵਾ ਦਾਖਾ ਨੂੰ ਟੱਚ ਕਰ ਲੈਣੇ ਆ। ਸੋ ਇਸ ਤੋਂ ਬਾਅਦ ਅੱਗੇ ਪਿੰਨ ਕੋਡ ਪੁੱਛਿਆ ਜਾ ਰਿਹਾ। ਸੋ ਇਸ ਜਗ੍ਹਾ ਦੇ ਉੱਪਰ ਤੁਸੀਂ ਆਪਣੇ ਵਿਲੇਜ ਦਾ ਜੋ ਪਿੰਨ ਕੋਡ ਹੈਗਾ ਵਾ ਉਹ ਇੱਥੇ ਫਿਲ ਕਰ ਦੇਣਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਪਿੰਨ ਕੋਡ ਵੀ ਫਿਲ ਕਰ ਦਿੱਤਾ ਹੈ। ਅੱਗੇ ਪੁੱਛਿਆ ਜਾ ਰਿਹਾ ਨੀਅਰੈਸਟ ਲੈਂਡਮਾਰਕ, ਜੋ ਕਿ ਤੁਹਾਡਾ ਸਕੂਲ ਜਿਸ ਵੀ ਨੀਅਰੈਸਟ ਲੈਂਡਮਾਰਕ ਦੇ ਨਜ਼ਦੀਕ ਹੈਗਾ ਵਾ, ਅਗਰ ਗੁਰਦੁਆਰੇ ਦੇ ਕੋਲ ਹੈ ਜਾਂ ਕਿਸੇ ਮੰਦਿਰ ਦੇ ਕੋਲ ਹੈ ਜਾਂ ਕਿਸੇ ਧਰਮਸ਼ਾਲਾ ਦੇ ਕੋਲ ਹੈ ਜਾਂ ਕਿਸੇ ਵੀ ਮਸ਼ਹੂਰ ਜਗ੍ਹਾ ਦੇ ਕੋਲ ਹੈ, ਤੁਸੀਂ ਉਸਨੂੰ ਲੈਂਡਮਾਰਕ ਨੂੰ ਇੱਥੇ ਫਿਲ ਕਰ ਦੇਣਾ ਹੈ। ਤੋ ਜਿਸ ਤਰ੍ਹਾਂ ਮੈਂ ਇਸ ਜਗ੍ਹਾ ਦੇ ਉੱਪਰ ਜੋ ਸਕੂਲ ਗੁਰਦੁਆਰੇ ਦੇ ਜ਼ਿਆਦਾਤਰ ਸਰਕਾਰੀ ਸਕੂਲ ਗੁਰਦੁਆਰਿਆਂ ਦੇ ਕੋਲ ਬਣੇ ਹੋਏ ਆ, ਤੋ ਮੈਂ ਉਸ ਜਗ੍ਹਾ ਦੇ ਉੱਪਰ ਪਿੰਡ ਦੇ ਉਸ ਗੁਰਦੁਆਰੇ ਦਾ ਨਾਮ ਲਿਖ ਦੇਣਾ ਕਿ ਨੀਅਰੈਸਟ ਰਾਮਸਰ ਗੁਰਦੁਆਰਾ ਸਾਹਿਬ।
ਤੋ ਅੱਗੇ ਪੁੱਛਿਆ ਜਾ ਰਿਹਾ ਜੀ ਪੈਨ ਨੰਬਰ। ਸੋ ਪੈਨ ਨੰਬਰ ਅਗਰ ਤੁਹਾਡੇ ਸਕੂਲ ਦਾ ਨਹੀਂ ਬਣਿਆ ਹੋਏਗਾ ਵੈਸੇ, ਤੋ ਤੁਸੀਂ ਇਸ ਨੂੰ ਖਾਲੀ ਛੱਡ ਦੇਣਾ। ਵੈਸੇ ਵੀ ਇਹਦੇ ਅੱਗੇ ਜੋ ਹੈਗਾ ਵਾ, ਜਿੰਨਾ ਕਾਲਮਸ ਅੱਗੇ ਸਟਾਰ ਲੱਗਿਆ ਸਿਰਫ ਉਹਨਾਂ ਕਾਲਮਸ ਨੂੰ ਭਰਨਾ ਜ਼ਰੂਰੀ ਹੈ। ਸੋ ਜਿੰਨਾ ਕਾਲਮਸ ਅੱਗੇ ਸਟਾਰ ਨਹੀਂ ਲੱਗਿਆ ਆਪਾਂ ਉਹਨਾਂ ਨੂੰ ਛੱਡ ਸਕਦੇ ਹਾਂ। ਸੋ ਪੈਨ ਨੰਬਰ ਵੈਸੇ ਵੀ ਨਹੀਂ ਹੈ ਸਕੂਲ ਦਾ, ਇਸ ਕਰਕੇ ਆਪਾਂ ਇਸ ਨੂੰ ਛੱਡ ਦਿੰਦੇ ਹਾਂ। ਸੋ ਅੱਗੇ ਪੁੱਛਿਆ ਰਿਹਾ ਕਿ ਇਫ ਯੂਅਰ ਕਰੋਸਪੈਂਡਰ ਐਡਰੈਸ ਜੋ ਹੈਗਾ ਵਾ, ਇੱਕ ਹੋਰ ਐਡਰੈਸ ਆਪਾਂ ਦੱਸਣਾ ਹੈ। ਅਗਰ ਆਪਣਾ ਐਡਰੈਸ ਸੇਮ ਹੀ ਹੈਗਾ ਵਾ ਤਾਂ ਆਪਾਂ ਇਸ ਨੂੰ ਸੇਮ ਯੈਸ ਕਰ ਦੇਣਾ, ਨਹੀਂ ਤਾਂ ਨੋ ਕਰਕੇ ਅੱਗੇ ਫਰਦਰ ਨਵਾਂ ਐਡਰੈਸ ਭਰਾਂਗੇ। ਸੋ ਜ਼ਿਆਦਾਤਰ ਸਕੂਲਾਂ ਦਾ ਇਹ ਐਡਰੈਸ ਸੇਮ ਹੀ ਹੋਵੇਗਾ, ਕਿਸੇ ਵੀ ਸਕੂਲ ਦਾ ਐਡਰੈਸ ਜੋ ਹੈਗਾ ਡਿਫਰੈਂਟ ਨਹੀਂ ਹੋ ਸਕਦਾ। ਸੋ ਇਸ ਨੂੰ ਆਪਾਂ ਇੱਥੇ ਯੈਸ ਕਰ ਦੇਣਾ। ਸੋ ਜਿਵੇਂ ਆਪਾਂ ਯੈਸ ਕਰਦੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਜੋ ਆਪਣਾ ਕਰੋਸਪੋਂਡੈਂਸ ਐਡਰੈਸ ਹੈਗਾ ਵਾ ਉਹ ਇੱਥੇ ਸੇਮ ਦਾ ਸੇਮ ਫਿਲ ਹੋ ਗਿਆ ਹੈ। ਸੋ ਹੁਣ ਆਪਾਂ ਸਕਰੋਲ ਕਰਦੇ ਹੋਏ ਅੱਗੇ ਜਾਂਦੇ ਹਾਂ। ਅੱਗੇ ਆਪਾਂ ਤੋਂ ਕੰਟੈਕਟ ਡਿਟੇਲਸ ਪੁੱਛੀਆਂ ਜਾ ਰਹੀਆਂ ਨੇ। ਸਭ ਤੋਂ ਪਹਿਲਾਂ ਪੁੱਛਿਆ ਜਾ ਰਿਹਾ ਜੀ ਟੈਲੀਫੋਨ ਨੰਬਰ। ਸੋ ਟੈਲੀਫੋਨ ਨੰਬਰ ਦੇ ਵਿੱਚ ਕੀ ਹੈ ਕਿ ਅੱਜ ਕੱਲ੍ਹ ਸਾਰੇ ਸਕੂਲਾਂ ਦੇ ਵਿੱਚ ਵਾਈਫਾਈ ਲੱਗ ਗਏ ਨੇ ਔਰ ਲੈਂਡਲਾਈਨ ਟੈਲੀਫੋਨ ਵੀ ਲੱਗ ਚੁੱਕੇ ਨੇ। ਸੋ ਅਗਰ ਤੁਹਾਨੂੰ ਉਹ ਟੈਲੀਫੋਨ ਨੰਬਰ ਯਾਦ ਹੈਗਾ ਤਾਂ ਤੁਸੀਂ ਇੱਥੇ ਉਹ ਫਿਲ ਕਰ ਦੇਣਾ ਹੈ। ਬਟ ਅਗਰ ਤੁਹਾਨੂੰ ਨਹੀਂ ਯਾਦ ਤਾਂ ਤੁਸੀਂ ਇਹਨੂੰ ਖਾਲੀ ਛੱਡ ਸਕਦੇ ਹੋ, ਕਿਉਂਕਿ ਇਹਦੇ ਅੱਗੇ ਸਟਾਰ ਨਹੀਂ ਲੱਗਿਆ, ਇਹ ਮੋਨੀਟਰੀ ਨਹੀਂ ਹੈਗਾ। ਸੋ ਆਪਾਂ ਮੋਬਾਈਲ ਨੰਬਰ ਜ਼ਰੂਰ ਫਿਲ ਕਰਨਾ ਹੈ, ਮੋਬਾਈਲ ਦੇ ਅੱਗੇ ਲੱਗਿਆ ਵੀ ਸਟਾਰ ਹੋਇਆ। ਸੋ ਇਸ ਜਗ੍ਹਾ ਦੇ ਉੱਪਰ ਆਪਾਂ ਆਪਣਾ ਮੋਬਾਈਲ ਨੰਬਰ ਫਿਲ ਕਰ ਦਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਜਗ੍ਹਾ ਦੇ ਉੱਪਰ ਜੋ ਮੋਬਾਈਲ ਨੰਬਰ ਸੀਗਾ, ਜੋ ਮਿਡ ਡੇ ਮੀਲ ਇੰਚਾਰਜ ਦਾ ਮੋਬਾਈਲ ਨੰਬਰ ਹੈ, ਉਹ ਇੱਥੇ ਫਿਲ ਕਰ ਦਿੱਤਾ ਹੈ। ਸੋ ਅੱਗੇ ਫੈਕਸ ਪੁੱਛੀ ਜਾ ਰਹੀ ਹੈ, ਫੈਕਸ ਭਰਨਾ ਜ਼ਰੂਰੀ ਨਹੀਂ ਹੈਗਾ, ਪਰ ਈਮੇਲ ਆਈਡੀ ਤੁਸੀਂ ਜ਼ਰੂਰ ਭਰ ਦਿਓ, ਕਿਉਂਕਿ ਈਮੇਲ ਆਈਡੀ ਸਾਰੇ ਸਕੂਲਾਂ ਨੇ ਆਪਦੀ ਆਪਦੀ ਬਣਾਈ ਹੋਈ ਹੈ, ਜਾਂ ਫਿਰ ਮਿਡ ਡੇ ਮੀਲ ਇੰਚਾਰਜ ਆਪਦੀ ਈਮੇਲ ਆਈਡੀ ਵੀ ਇੱਥੇ ਫਿਲ ਕਰ ਸਕਦਾ ਹੈ। ਸੋ ਕਈ ਵਾਰ ਓਟੀਪੀ ਵੈਰੀਫਿਕੇਸ਼ਨ ਦੇ ਲਈ ਜਾਂ ਆਪਾਂ ਪਾਸਵਰਡ ਭੁੱਲ ਜਾਂਦੇ ਹਾਂ, ਸੋ ਈਮੇਲ ਆਈਡੀ ਆਪਣੇ ਕੰਮ ਆ ਜਾਂਦੀ ਹੈ। ਸੋ ਇਸ ਨੂੰ ਛੱਡਣਾ ਚੰਗੀ ਗੱਲ ਨਹੀਂ ਹੋਵੇਗੀ। ਸੋ ਆਪਾਂ ਇੱਥੇ ਈਮੇਲ ਆਈਡੀ ਜ਼ਰੂਰ ਭਰ ਦਿੰਦੇ ਹਾਂ। ਸੋ ਅੱਗੇ ਆਪਸ਼ਨ ਆ ਰਹੀ ਹੈ ਜੀ ਕੰਟੈਕਟ ਪਰਸਨ ਦੀ। ਸੋ ਕੰਟੈਕਟ ਪਰਸਨ ਦੇ ਵਿੱਚ ਆਪਾਂ ਜੋ ਤੁਹਾਡੇ ਮਿਡ ਡੇ ਮੀਲ ਇੰਚਾਰਜ ਹੈਗਾ ਵਾ, ਉਸਦਾ ਜੋ ਨਾਮ ਹੈਗਾ ਉੱਥੇ ਫਿਲ ਕਰਨਾ ਹੈ। ਸੋ ਇੱਥੇ ਆਪਾਂ ਮਿਡ ਡੇ ਮੀਲ ਇੰਚਾਰਜ ਦਾ ਨੇਮ ਜੋ ਹੈਗਾ ਫਿਲ ਕਰਨ ਜਾ ਰਹੇ ਹਾਂ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਆਪਾਂ ਸਕੂਲ ਦੀ ਜੋ ਈਮੇਲ ਆਈਡੀ ਹੈਗੀ ਹੈ ਉਹ ਵੀ ਇੱਥੇ ਫਿਲ ਕਰ ਦਿੱਤੀ ਹੈ। ਸੋ ਇੱਥੇ ਕੰਟੈਕਟ ਪਰਸਨ ਦਾ ਨੇਮ ਭਰਨ ਤੋਂ ਬਾਅਦ ਅੱਗੇ ਪੁੱਛਿਆ ਰਿਹਾ ਈਅਰਸ ਯੂ ਵਾਂਟ ਟੂ ਅਪਲਾਈ, ਕਿ ਕਿੰਨੇ ਸਾਲ ਲਈ ਤੁਸੀਂ ਇਸ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ। ਸੋ ਇਹਨੂੰ ਆਪਾਂ ਸਿਲੈਕਟ ਕਰਦੇ ਹਾਂ, ਇੱਥੇ ਆਪਣੇ ਯੂਅਰਸ ਪੁੱਛ ਰਿਹਾ ਵਾ, ਆਪਾਂ ਓਨਲੀ 1 ਈਅਰ ਲਈ ਅਪਲਾਈ ਕਰ ਲੈਂਦੇ ਹਾਂ, ਕਿਉਂਕਿ ਗੌਰਮੈਂਟ ਨੇ ਹੁਣ ਅਪਲਾਈ ਕਰਤਾ, ਹੋ ਸਕਦਾ ਅਗਲੇ ਸਾਲ ਇੱਥੇ ਅਪਲਾਈ ਨਾ ਕਰਨਾ ਪਵੇ। ਸੋ ਅਗਰ ਤੁਸੀਂ ਜਿੰਨੇ ਜ਼ਿਆਦਾ ਸਾਲ ਲਈ ਅਪਲਾਈ ਕਰੋਗੇ ਤੁਹਾਨੂੰ ਉਨੀ ਜ਼ਿਆਦਾ ਪੇਮੈਂਟ ਵੀ ਜਮ੍ਹਾਂ ਕਰਾਉਣੀ ਪਵੇਗੀ। ਸੋ ਆਪਾਂ ਘੱਟ ਤੋਂ ਘੱਟ ਪੇਮੈਂਟ ਦੇਣ ਦੀ ਕੋਸ਼ਿਸ਼ ਕਰਦੇ ਹੋਏ 1 ਸਾਲ ਲਈ ਅਪਲਾਈ ਕਰ ਲੈਂਦੇ ਹਾਂ। ਸੋ ਹੁਣ ਅੱਗੇ ਆਪਸ਼ਨ ਆ ਰਹੀ ਹੈ ਡਿਟੇਲ ਆਫ ਫੂਡ ਆਈਟਮ ਪ੍ਰਪੋਜ਼ ਟੂ ਬੀ ਮੈਨੂਫੈਕਚਰ ਔਰ ਸੋਲਡ, ਕਿ ਸਕੂਲ ਵਿੱਚ ਕਿਸ ਤਰ੍ਹਾਂ ਦਾ ਖਾਣਾ ਬਣਾਇਆ ਜਾਂਦਾ, ਕੀ ਬਣਾਇਆ ਜਾਂਦਾ। ਸੋ ਆਪਾਂ ਇਸ ਨੂੰ ਜੋ ਸਿਲੈਕਟ ਕਰਦੇ ਹਾਂ, ਸੋ ਆਪਣੇ ਸਾਹਮਣੇ ਦੇਖੋ ਆਪਸ਼ਨਸ ਆਉਂਦੀਆਂ ਨੇ ਡੈਰੀ ਪ੍ਰੋਡਕਟਸ, ਆਪਾਂ ਸਕੂਲ ਵਿੱਚ ਬੱਚਿਆਂ ਨੂੰ ਕੋਈ ਡੈਰੀ ਪ੍ਰੋਡਕਟ ਨਹੀਂ ਦਿੰਦੇ, ਫੈਟ ਐਂਡ ਆਇਲਸ। ਸੋ ਇੱਥੇ ਦੇਖੋ 4 ਨੰਬਰ 'ਤੇ ਆਪਸ਼ਨ ਆ ਰਹੀ ਹੈ ਫਰੂਟ ਐਂਡ ਵੈਜੀਟੇਬਲ, ਕਿਉਂਕਿ ਆਪਾਂ ਬੱਚਿਆਂ ਨੂੰ ਜੋ ਮੌਸਮੀ ਫਲ ਵੀ ਖਾਣ ਦਿੰਦੇ ਹਾਂ ਅਤੇ ਵੈਜੀਟੇਬਲਸ ਵੀ ਮਿਡ ਡੇ ਮੀਲ 'ਚ ਬਣਾਉਂਦੇ ਹਾਂ, ਸੋ ਆਪਾਂ ਇਸ ਆਪਸ਼ਨ ਨੂੰ ਟੱਚ ਕਰ ਲੈਣੇ ਹਾਂ। ਸੋ ਇਸ ਤੋਂ ਇਲਾਵਾ ਆਪਾਂ ਬੱਚਿਆਂ ਲਈ ਉੱਥੇ ਖਾਣਾ ਬਣਾਉਂਦੇ, ਰੋਟੀਆਂ ਵੀ ਬਣਾਉਂਦੇ ਹਾਂ। ਸੋ ਆਪਾਂ ਸੇਵ ਐਂਡ ਐਡ ਕਰਨ ਤੋਂ ਬਾਅਦ ਜੋ ਨੈਕਸਟ ਆਪਸ਼ਨ 7 ਐਡ ਨੂੰ ਟੱਚ ਕਰ ਲੈਣਾ, ਸੇਵ ਐਂਡ ਐਡ ਨੂੰ ਟੱਚ ਕਰਦੇ ਹੀ ਆਪਣੇ ਸਾਹਮਣੇ ਜੋ ਨਵੀਂ ਆਪਸ਼ਨ ਖੁੱਲਦੀ ਹੈ ਉਹਦੇ ਵਿੱਚ ਫਿਰ ਤੋਂ ਆਪਾਂ ਸਕਰੋਲ ਡਾਊਨ ਕਰਦੇ ਹੋਏ ਹੇਠਾਂ ਜਾਣਾ। ਇੱਥੇ ਕਈ ਤਰ੍ਹਾਂ ਦੇ ਫੂਡ ਲਿਖੇ ਹੋਏ ਆ, ਪਰ ਆਪਾਂ ਸਕਰੋਲ ਡਾਊਨ ਕਰਦੇ ਹੋਏ 16 ਨੰਬਰ ਦੇ ਉੱਪਰ ਲਿਖਿਆ ਰਿਹਾ ਪ੍ਰੀਪੇਅਰਡ ਫੂਡਸ। ਸੋ ਆਪਾਂ ਇਸ ਆਪਸ਼ਨ ਨੂੰ ਵੀ ਟੱਚ ਕਰਕੇ ਸਿਲੈਕਟ ਕਰ ਲੈਣਾ ਹੈ। ਸੋ ਪ੍ਰੀਪੇਅਰ ਫੂਡ ਨੂੰ ਟੱਚ ਕਰਨ ਤੋਂ ਬਾਅਦ ਆਪਾਂ ਇਸ ਨੂੰ ਵੀ ਸੇਵ ਐਂਡ ਐਡ ਕਰ ਦੇਣਾ। ਸੋ ਇਸ ਤੋਂ ਬਾਅਦ ਆਪਾਂ ਅੱਗੇ ਜਾਵਾਂਗੇ ਜੀ। ਅੱਗੇ ਆ ਰਿਹਾ ਜੀ FSM ਨੰਬਰ। ਸੋ FSM ਦਾ ਮਤਲਬ ਹੈ ਫੂਡ ਸੇਫਟੀ ਮਿੱਤਰ ਦੀ ਡਿਟੇਲ, ਪਰ ਇਸ ਤਰ੍ਹਾਂ ਦਾ ਕੋਈ ਵੀ ਫੂਡ ਸੇਫਟੀ ਮਿੱਤਰ ਦੀ ਪੋਸਟ ਆਪਣੇ ਸਕੂਲਾਂ ਵਿੱਚ ਨਹੀਂ ਹੈਗੀ। ਸੋ ਆਪਾਂ ਇਸ ਨੂੰ ਛੱਡ ਦੇਣਾ ਹੈ। ਸੋ ਅੱਗੇ ਚੱਲਦੇ ਜੀ, ਅੱਗੇ ਆ ਰਿਹਾ ਜੀ ਅਦਰ ਡਿਟੇਲਸ। ਸੋ ਅਦਰ ਡਿਟੇਲਸ ਵੀ ਸਭ ਤੋਂ ਪਹਿਲਾਂ ਪੁੱਛਿਆ ਰਿਹਾ ਕਿ ਇਨ ਕੇਸ ਆਫ ਬਿਜ਼ਨਸ ਇੰਟੈਂਡਡ ਡੇਟ ਆਫ ਸਟਾਰਟ। ਸੋ ਅਗਰ ਇਹ ਬਿਜ਼ਨਸ ਹੈਗਾ ਤਾਂ ਡੇਟ ਆਫ ਸਟਾਰਟਿੰਗ ਕੀ ਹੈ। ਸੋ ਆਪਾਂ ਸਕੂਲਾਂ ਵਿੱਚ ਕੋਈ ਬਿਜ਼ਨਸ ਨਹੀਂ ਕਰ ਰਹੇ, ਇਸ ਕਰਕੇ ਇਸ ਕਾਲਮ ਨੂੰ ਆਪਾਂ ਫਿਲ ਨਹੀਂ ਕਰ ਰਹੇ, ਇਸ ਨੂੰ ਆਪਾਂ ਛੱਡ ਦਿੰਦੇ ਹਾਂ, ਕਿਉਂਕਿ ਇਹਦੇ ਅੱਗੇ ਸਟਾਰ ਮਾਰਕ ਵੀ ਨਹੀਂ ਲੱਗਿਆ, ਅਗਰ ਆਪਾਂ ਖਾਲੀ ਛੱਡ ਦਿੰਦੇ ਹਾਂ ਤਾਂ ਚੱਲ ਜਾਵੇਗਾ। ਸੋ ਅਗਲੀ ਆਪਸ਼ਨ ਆ ਰਹੀ ਹੈ ਸੋਰਸ ਆਫ ਵਾਟਰ ਸਪਲਾਈ, ਇਹਦੇ ਵਿੱਚ 3 ਆਪਸ਼ਨਾਂ ਨੇ ਪਬਲਿਕ, ਪ੍ਰਾਈਵੇਟ ਔਰ ਅਦਰਸ। ਸੋ ਆਪਾਂ ਕੀ ਕਰਨਾ, ਦੇਖੋ ਜੋ ਪਬਲਿਕ ਹੈਗਾ, ਅਗਰ ਤੁਹਾਡੇ ਸਕੂਲ ਵਿੱਚ ਸਰਕਾਰੀ ਟੈਂਕੀ ਦਾ ਪਾਣੀ ਆ ਰਿਹਾ ਤਾਂ ਤੁਸੀਂ ਪਬਲਿਕ ਨੂੰ ਟਿਕ ਕਰ ਦੇਣਾ ਹੈ। ਇਸ ਤੋਂ ਸੈਕਿੰਡ ਆਪਸ਼ਨ ਹੈ ਪ੍ਰਾਈਵੇਟ। ਸੋ ਆਪਾਂ ਇੱਥੇ ਕੀ ਕਰਾਂਗੇ, ਜਿਨ੍ਹਾਂ ਸਕੂਲਾਂ ਵਿੱਚ ਮੱਛੀ ਮੋਟਰ ਲੱਗੀਆਂ ਨੇ ਖੁਦ ਦਾ ਪਾਣੀ ਕੱਢ ਰਹੇ ਨੇ, ਸੋ ਅਦਰਸ ਦੀ ਆਪਸ਼ਨ ਨੂੰ ਟਿਕ ਕਰ ਦੇਣਗੇ।
ਸੋ ਇਸ ਨੂੰ ਟਿਕ ਕਰਨ ਤੋਂ ਬਾਅਦ ਆਪਾਂ ਤੋਂ ਪੁੱਛਿਆ ਕਿ ਸੋਰਸ ਆਫ ਵਾਟਰ ਸਪਲਾਈ ਪੁੱਛਦਾ ਕਿ ਕਿਹੜਾ ਸੋਰਸ ਹੈ ਤੁਸੀਂ। ਸੋ ਇੱਥੇ ਆਪਾਂ ਕੀ ਲਿਖ ਦਾਂਗੇ, ਆਪਾਂ ਇੱਥੇ ਸਮਰਸੀਬਲ ਲਿਖ ਦਾਂਗੇ ਕਿਉਂਕਿ ਆਪਣੇ ਸਕੂਲ ਵਿੱਚ ਸਮਰਸੀਬਲ ਮੋਟਰ ਲੱਗੀ ਹੈ, ਆਪਾਂ ਉਸਦਾ ਪਾਣੀ ਪੀਂਦੇ ਹਾਂ। ਪਰ ਅਗਰ ਤੁਹਾਡੇ ਸਕੂਲ ਵਿੱਚ ਸਮਰਸੀਬਲ ਮੋਟਰ ਨਹੀਂ ਹੈਗੀ, ਤੁਸੀਂ ਸਰਕਾਰੀ ਟੂਟੀ ਦਾ ਪਾਣੀ ਪੀ ਰਹੇ ਹੋ, ਸਰਕਾਰੀ ਟੈਂਕੀ ਦਾ ਪਾਣੀ ਪੀ ਰਹੇ ਹੋ, ਤੁਸੀਂ ਤਾਂ ਪਬਲਿਕ ਦਾ ਟੱਚ ਕਰ ਦੇਣਾ ਹੈ। ਤੁਸੀਂ ਦੇਖ ਸਕਦੇ ਕਿ ਮੈਂ ਇਸ ਜਗ੍ਹਾ ਦੇ ਉੱਪਰ ਵਾਟਰ ਸਪਲਾਈ ਦੇ ਵਿੱਚ ਨੀਚੇ ਜੋ ਆਪਸ਼ਨ ਖੁੱਲੀ ਸੀ ਸਮਰਸੀਬਲ ਪੰਪ ਲਿਖ ਦਿੱਤਾ ਹੈ। ਸੋ ਅੱਗੇ ਪੁੱਛਿਆ ਕਿ ਵੈਦਰ ਐਨੀ ਇਲੈਕਟ੍ਰੀਕਲ ਪਾਵਰ ਯੂਜ ਇਨ ਮੈਨੂਫੈਕਚਰ ਦਾ ਫੂਡ ਆਈਟਮ, ਕੀ ਤੁਸੀਂ ਸਕੂਲ ਦੇ ਵਿੱਚ ਖਾਣਾ ਬਣਾਉਣੇ ਹੋ, ਉਸ ਖਾਣਾ ਬਣਾਉਣ ਲਈ ਕਿਸੇ ਬਿਜਲੀ ਉਪਕਰਨ ਦੀ ਵਰਤੋਂ ਕਰਦੇ ਹੋ, ਕਿਸੇ ਬਿਜਲੀ ਵਾਲੇ ਚੁੱਲ੍ਹੇ ਦੀ ਵਰਤੋਂ ਕਰਦੇ ਹੋ। ਸੋ ਇੱਥੇ ਆਪਾਂ ਨੋ ਹੀ ਕਰਨਾ ਹੈ ਕਿਉਂਕਿ ਸਕੂਲਾਂ ਦੇ ਵਿੱਚ ਕੋਈ ਵੀ ਬਿਜਲੀ ਉਪਕਰਨ ਅਵੇਲੇਬਲ ਨਹੀਂ ਹੈਗਾ, ਵੈਸੇ ਵੀ ਬਿੱਲ ਬਹੁਤ ਜ਼ਿਆਦਾ ਹੋਏਗਾ ਅਗਰ ਆਪਾਂ ਇਸ ਚੀਜ਼ ਦੀ ਵਰਤੋਂ ਕਰਾਂਗੇ। ਹਾਂਜੀ, ਪਰ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਵਿੱਚ ਜਿਸ ਤਰ੍ਹਾਂ ਸੋਲਰ ਪੈਨਲ ਲੱਗ ਰਹੇ ਨੇ, ਤਾਂ ਹੋ ਸਕਦਾ ਕਿ ਕੁਛ ਛੋਟੇ ਸਕੂਲ ਇਹਨਾਂ ਕੰਮਾਂ ਦੇ ਲਈ, ਰੋਟੀ ਬਣਾਉਣ ਲਈ ਜੋ ਇੰਡਕਸ਼ਨ ਚੁੱਲ੍ਹੇ ਹੈਗੇ ਆ ਜੋ ਬਿਜਲੀ ਦੇ ਚੱਲਦੇ ਨੇ, ਉਹਨਾਂ ਦੀ ਵਰਤੋਂ ਸ਼ੁਰੂ ਕਰ ਦੇਣ। ਪਰ ਫਿਲਹਾਲ ਦੀ ਜਿਹੜੀ ਇੱਥੇ ਆਪਾਂ ਨੋ ਹੀ ਕਰਨਾ ਹੈ। ਸੋ ਇਸ ਨੂੰ ਨੋ ਕਰਨ ਤੋਂ ਬਾਅਦ ਆਪਣੀ ਜੋ ਆਪਸ਼ਨ ਆਈ ਹੈ ਸੇਵ ਐਂਡ ਨੈਕਸਟ ਦੀ, ਸੋ ਆਪਾਂ ਸੇਵ ਐਂਡ ਨੈਕਸਟ ਦੀ ਆਪਸ਼ਨ ਨੂੰ ਟੱਚ ਕਰ ਦੇਣਾ ਹੈ। ਸੇਵ ਐਂਡ ਨੈਕਸਟ ਦੀ ਆਪਸ਼ਨ ਨੂੰ ਟੱਚ ਕਰਨ ਤੋਂ ਬਾਅਦ ਆਪਣੇ ਸਾਹਮਣੇ ਇੱਕ ਨਵਾਂ ਇੰਟਰਫੇਸ ਖੁੱਲ੍ਹ ਕੇ ਆ ਜਾਂਦਾ ਹੈ। ਸੋ ਇਸ ਨਵੇਂ ਇੰਟਰਫੇਸ ਵਿੱਚ ਆਪਾਂ ਨੂੰ ਇੱਕ ਵਾਰੀ ਫਿਰ ਤੋਂ ਦਿਖਾਉਂਦਾ ਕਿ ਤੁਸੀਂ ਜੋ ਫੂਡ ਪ੍ਰੋਡਕਟ ਚੁਣੇ ਨੇ, ਜੋ ਫੂਡ ਕੈਟੇਗਰੀ ਤੁਸੀਂ ਸਕੂਲ ਵਿੱਚ ਤਿਆਰ ਕਰਦੇ ਹੋ, ਉਹ ਚੁਣੀ ਆਪਾਂ ਨੂੰ ਦਿਖਾਵੇਗਾ ਕਿ ਤੁਸੀਂ ਫਰੂਟ ਐਂਡ ਵੈਜੀਟੇਬਲ ਨੂੰ ਔਰ ਪ੍ਰੀਪੇਅਰ ਫੂਡ ਨੂੰ ਚੁਣਿਆ ਹੈ। ਸੋ ਕਿਉਂਕਿ ਆਪਾਂ ਸਹੀ ਚੁਣਿਆ, ਇਸ ਕਰਕੇ ਆਪਾਂ ਨੀਚੇ ਪ੍ਰੋਸੀਡ ਦੀ ਆਪਸ਼ਨ ਆ ਰਹੀ ਹੈ, ਆਪਾਂ ਇਸ ਨੂੰ ਪ੍ਰੋਸੀਡ ਕਰ ਲੈਣਾ। ਸੋ ਇਹ ਰੀਚੈੱਕ ਕਰਨ ਲਈ ਆਉਂਦਾ ਹੈ, ਸੋ ਆਪਾਂ ਇਸ ਨੂੰ ਫਿਰ ਤੋਂ ਪ੍ਰੋਸੀਡ ਕਰ ਦਿੰਦੇ ਹਾਂ। ਪ੍ਰੋਸੀਡ ਕਰਨ ਤੋਂ ਬਾਅਦ ਆਪਣੇ ਸਾਹਮਣੇ ਸਾਈਨ ਅਪ ਡਿਟੇਲਸ ਖੁੱਲ ਜਾਂਦੀਆਂ ਨੇ। ਸੋ ਸਾਈਨ ਅਪ ਡਿਟੇਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਪੁੱਛਿਆ ਰਿਹਾ ਪ੍ਰਾਇਮਰੀ ਕੰਟੈਕਟ ਡਿਟੇਲ। ਸੋ ਪ੍ਰਾਇਮਰੀ ਕੰਟੈਕਟ ਡਿਟੇਲ ਦੇ ਵਿੱਚ ਆਪਾਂ ਜੋ ਈਮੇਲ ਆਈਡੀ ਹੈਗੀ ਹੈ ਉਹ ਫਿਲ ਕਰ ਦੇਣੀ ਔਰ ਮੋਬਾਈਲ ਨੰਬਰ ਫਿਲ ਕਰਨਾ ਹੈ। ਸੋ ਇਸ ਜਗ੍ਹਾ ਦੇ ਉੱਪਰ ਮੈਂ ਸਕੂਲ ਦੀ ਈਮੇਲ ਆਈਡੀ ਔਰ ਮੋਬਾਈਲ ਨੰਬਰ ਫਿਲ ਕਰਨ ਜਾ ਰਿਹਾ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੈਂ ਸਕੂਲ ਦੀ ਈਮੇਲ ਆਈਡੀ ਔਰ ਮੋਬਾਈਲ ਨੰਬਰ ਜੋ ਮਿਡ ਡੇ ਮੀਲ ਇੰਚਾਰਜ ਦਾ ਮੋਬਾਈਲ ਨੰਬਰ ਵਾ ਪਿੱਛੇ ਭਰ ਕੇ ਆਇਆ ਸੀ, ਉਹ ਸੇਮ ਮੋਬਾਈਲ ਨੰਬਰ ਇੱਥੇ ਫਿਲ ਕਰਦਾ ਹੈ। ਅੱਗੇ ਪੁੱਛਿਆ ਰਿਹਾ ਕਿ ਮੋਬਾਈਲ ਨੰਬਰ ਕਿਸ ਦਾ ਬਿਲੋਂਗਸ ਟੂ। ਸੋ ਇਸ ਨੂੰ ਆਪਾਂ ਟੱਚ ਕਰਾਂਗੇ ਤਾਂ ਇੱਥੇ ਨਾਮ ਖੁੱਲਣਗੇ ਸੈਲਫ ਆਥੋਰਾਈਜ਼ ਰਿਪ੍ਰੈਜੈਂਟੇਟਿਵ ਪਰਸ ਪੇਰੈਂਟ ਸਨ ਡਾਟਰ ਬ੍ਰਦਰ ਸਿਸਟਰ ਸਪਾਊਸ ਰਿਲੇਟਿਵ ਫਰੈਂਡ। ਸੋ ਇਸ ਤਰ੍ਹਾਂ ਦੀ ਆਪਸ਼ਨ ਖੁੱਲਦੀ ਹੈ। ਸੋ ਇਸ ਜਗ੍ਹਾ ਦੇ ਉੱਪਰ ਆਪਾਂ ਕੀ ਕਰਾਂਗੇ ਸੈਲਫ ਨੂੰ ਟੱਚ ਕਰ ਦਾਂਗੇ। ਸੋ ਸੈਲਫ ਨੂੰ ਟੱਚ ਕਰਨ ਤੋਂ ਬਾਅਦ ਨੀਚੇ ਉਹ ਲਿਖਿਆ ਰਹੀ ਐਟ ਲੀਸਟ ਵਨ ਆਫ ਦਾ ਟੂ ਈਮੇਲ ਮੋਬਾਈਲ ਨੰਬਰ ਇਜ਼ ਮੋਡੇਟਰੀ। ਸੋ ਇਸ ਕਰਕੇ ਆਪਾਂ ਜੋ ਸੈਕੰਡਰੀ ਕੰਟੈਕਟ ਡਿਟੇਲ ਹੈਗੀ ਹੈ ਆਪਾਂ ਉਸ ਸੈਕੰਡਰੀ ਕੰਟੈਕਟ ਡਿਟੇਲ ਨੂੰ ਵੀ ਫਿਲ ਕਰਾਂਗੇ। ਸੋ ਸੈਕੰਡਰੀ ਕੰਟੈਕਟ ਡਿਟੇਲ ਦੇ ਵਿੱਚ ਤੁਸੀਂ ਆਪਣੇ ਸਕੂਲ ਦੇ ਦੂਸਰੇ ਟੀਚਰ ਦਾ ਜਾਂ ਫਿਰ ਸਕੂਲ ਹੈੱਡ ਦਾ ਨੇਮ ਇੱਥੇ ਦੇ ਸਕਦੇ ਹੋ ਕਿਉਂਕਿ ਪਹਿਲਾਂ ਆਪਾਂ ਮਿਡ ਡੇ ਮੀਲ ਇੰਚਾਰਜ ਦੀ ਆਈਡੀ ਵਗੈਰਾ ਭਰ ਰਹੇ ਸੀਗੇ। ਸੋ ਇਸ ਜਗ੍ਹਾ ਦੇ ਉੱਪਰ ਤੁਸੀਂ ਸਕੂਲ ਦੇ ਦੂਸਰੇ ਟੀਚਰ ਦਾ ਜਾਂ ਤੁਹਾਡੇ ਸਕੂਲ ਦੇ ਹੈੱਡ ਦਾ ਇੱਥੇ ਫੋਨ ਨੰਬਰ ਔਰ ਜੋ ਵੀ ਈਮੇਲ ਆਈਡੀ ਇੱਥੇ ਫਿਲ ਕਰ ਸਕਦੇ ਹੋ। ਸੋ ਮੈਂ ਇੱਥੇ ਸਕੂਲ ਦੇ ਦੂਸਰੇ ਟੀਚਰ ਦੀ ਮੋਬਾਈਲ ਨੰਬਰ ਔਰ ਈਮੇਲ ਆਈਡੀ ਫਿਲ ਕਰਨ ਜਾ ਰਿਹਾ ਹਾਂ। ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਜਗ੍ਹਾ ਦੇ ਉੱਪਰ ਸਕੂਲ ਦੇ ਜੋ ਦੂਸਰੇ ਟੀਚਰ ਹੈਗੇ ਨੇ ਉਹਨਾਂ ਦੀ ਈਮੇਲ ਆਈਡੀ ਔਰ ਮੋਬਾਈਲ ਨੰਬਰ ਫਿਲ ਕਰਦਾ ਹੈ। ਨੀਚੇ ਬਿਲੋਂਗਸ ਟੂ ਦੀ ਆਪਸ਼ਨ ਆ ਰਹੀ ਹੈ, ਸੋ ਇੱਥੇ ਆਪਾਂ ਇਸ ਨੂੰ ਆਥੋਰਾਈਜ਼ ਰੀਪ੍ਰੈਜੈਂਟੇਟਿਵ ਕਰ ਦਾਂਗੇ। ਸੋ ਇਸ ਤੋਂ ਬਾਅਦ ਦੇਖੋ ਆਪਣੇ ਨੀਚੇ ਆ ਰਹੀ ਲੋਗਿਨ ਆਈਡੀ ਦੀ ਕ੍ਰੈਡੈਂਸ਼ੀਅਲ ਆ ਰਹੀ, ਲੋਗਿਨ ਆਈਡੀ ਸ਼ੋ ਹੋ ਰਹੀ ਆਪਣੀ ਔਰ ਪਾਸਵਰਡ ਔਰ ਨਿਊ ਪਾਸ ਆਪਾਂ ਕਨਫਰਮ ਪਾਸਵਰਡ ਕਰਨਾ ਹੈ। ਸੋ ਆਪਣੀ ਲੋਗਿਨ ਆਈਡੀ ਬਣ ਚੁੱਕੀ ਹੈ, ਸੋ ਇੱਕ ਵਾਰ ਤੁਸੀਂ ਇਸ ਚੀਜ਼ ਨੂੰ ਸਕਰੀਨਸ਼ੋਟ ਕਰ ਲਓ ਕਿ ਤਾਂ ਕਿ ਤੁਹਾਡੀ ਲੋਗਿਨ ਆਈਡੀ ਤੁਹਾਡੇ ਕੋਲ ਰਹੇ। ਸੋ ਇਸ ਨੂੰ ਆਪਾਂ ਸਕਰੀਨਸ਼ੋਟ ਕਰ ਲੈਂਦੇ ਹਾਂ। ਸਕਰੀਨਸ਼ੋਟ ਕਰਨ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਪਾਸਵਰਡ ਲਗਾ ਦਿੰਦੇ ਹਾਂ। ਸੋ ਹੁਣ ਮੈਂ ਨਿਊ ਪਾਸਵਰਡ ਇੱਥੇ ਲਗਾਉਣ ਜਾ ਰਿਹਾ ਹਾਂ, ਜੋ ਵੀ ਆਪਾਂ ਇਸ FCCIG ਦੀ ਵੈਬਸਾਈਟ ਤੇ ਪਾਸਵਰਡ ਲਗਾਉਣਾ ਹੈ। ਸੋ ਆਪਾਂ ਇੱਥੇ ਪਾਸਵਰਡ ਲਗਾ ਦਿੰਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਜਗ੍ਹਾ ਤੇ ਪਾਸਵਰਡ ਲਗਾ ਦਿੱਤਾ ਹੈ। ਪਾਸਵਰਡ ਲਗਾਉਣ ਸਮੇਂ ਤੁਸੀਂ ਸਾਰੇ ਜੋ ਲੈਟਰ ਹੈਗੇ ਵੱਡੇ ਛੋਟੇ ਲੈਟਰ ਇਹਦੇ ਵਿੱਚ ਸ਼ਾਮਿਲ ਕਰ ਦਿਓ, ਨੰਬਰ ਵੀ ਸ਼ਾਮਿਲ ਕਰ ਲਿਓ ਔਰ ਸਪੈਸ਼ਲ ਕਰੈਕਟਰ ਵੀ ਸ਼ਾਮਿਲ ਕਰ ਲਿਓ। ਇਸ ਤੋਂ ਨੀਚੇ ਕੈਪਚਾ ਫਿਲ ਕਰਨ ਲਈ ਆ ਰਿਹਾ, ਤੁਸੀਂ ਇੱਕ ਵਾਰੀ ਭਰਨ ਤੋਂ ਪਹਿਲਾਂ ਕੈਪਚਾ ਨੂੰ ਰਿਫਰੈਸ਼ ਕਰ ਲਿਓ ਔਰ ਫਿਰ ਰਿਫਰੈਸ਼ ਕਰਕੇ ਇੱਥੇ ਕੈਪਚਾ ਫਿਲ ਕਰ ਦਿਓ। ਸੋ ਮੈਂ ਇੱਥੇ ਕੈਪਚਾ ਰਿਫਰੈਸ਼ ਕਰ ਲਿਆ, ਹੁਣ ਮੈਂ ਇਸ ਨੂੰ ਇੱਥੇ ਫਿਲ ਕਰਨ ਜਾ ਰਿਹਾ ਹਾਂ। ਸੋ ਆਪਾਂ ਇੱਥੇ ਕੀ ਕਰਾਂਗੇ, ਆਪਣੇ ਮੋਬਾਈਲ ਉੱਪਰ ਈਮੇਲ ਜੋ ਕੋਡ ਆ ਗਿਆ ਆਪਾਂ ਉਹੀ ਫਿਲ ਇੱਥੇ ਕਰ ਦਿੰਦੇ ਹਾਂ। ਸੋ ਮੈਂ ਇੱਥੇ ਜੋ ਹੈਗਾ ਵਾ ਜੋ ਮੋਬਾਈਲ ਉੱਪਰ ਆਇਆ ਹੈ ਓ ਟੀ ਪੀ ਫਿਲ ਕਰਦਾ ਹੈ। ਨੀਚੇ ਕਹਿ ਰਿਹਾ ਕਿ ਇਫ ਯੂ ਹੈਵ ਨੋਟ ਰਿਸੀਵ ਓ ਟੀ ਪੀ SMS ਪਲੀਜ਼ ਕਲਿੱਕ ਹੇਅਰ। ਸੋ ਆਪਾਂ ਨੂੰ ਕਲਿੱਕ ਕਰਨ ਦੀ ਲੋੜ ਨਹੀਂ ਹੈਗੀ। ਸੋ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਅਧਿਆਪਕ ਦੇ ਮੋਬਾਈਲ ਉੱਪਰ ਆਇਆ ਓ ਟੀ ਪੀ ਆਪਾਂ ਫਿਲ ਕਰਦਾ ਹੈ ਔਰ ਨੀਚੇ ਸਬਮਿਟ ਦੀ ਆਪਸ਼ਨ ਆ ਰਹੀ ਹੈ, ਹੁਣ ਆਪਾਂ ਇਸ ਨੂੰ ਇੱਥੋਂ ਸਬਮਿਟ ਕਰ ਦਿੰਦੇ ਹਾਂ। ਸੋ ਸਬਮਿਟ ਹੋਣਾ ਸ਼ੁਰੂ ਹੋ ਗਿਆ। ਸੋ ਇੱਥੇ ਲਿਖਿਆ ਰਿਹਾ ਯੂ ਆਰ ਸਾਈਨ ਅਪ ਸਕਸੈਸਫੁਲੀ, ਯੂ ਹੈਵ ਰਜਿਸਟਰਡ ਔਨ FOSSUS ਐਂਡ ਲੋਗਿਨ ਆਈ ਡੀ ਕ੍ਰੀਏਟਡ ਸਕਸੈਸਫੁਲੀ, ਯੂਰ ਲੋਗਿਨ ਆਈ ਡੀ ਇਜ਼। ਸੋ ਆਪਣੀ ਲੋਗਿਨ ਆਈ ਡੀ ਆ ਚੁੱਕੀ ਹੈ, ਸੋ ਇਸ ਨੂੰ ਆਪਾਂ ਸਕਰੀਨਸ਼ੋਟ ਕਰ ਲੈਂਦੇ ਹਾਂ। ਵੈਸੇ ਤਾਂ ਆਪਣੇ ਮੋਬਾਈਲ ਦੇ ਉੱਪਰ ਜੋ ਹੈਗਾ ਵਾ SMS ਰਾਹੀਂ ਵੀ ਜੋ ਇਹ ਲੋਗਿਨ ਆਈ ਡੀ ਪਹੁੰਚ ਜਾਂਦੀ ਹੈ, ਫਿਰ ਵੀ ਆਪਾਂ ਇਸ ਨੂੰ ਕਈ ਵਾਰ ਮੋਬਾਈਲ 'ਚ ਮੈਸੇਜ ਨਹੀਂ ਲੱਗਦਾ, ਇਸ ਨੂੰ ਸਕਰੀਨਸ਼ੋਟ ਕਰਕੇ ਰੱਖ ਲੈਂਦੇ ਹਾਂ। ਸੋ ਆਪਾਂ ਆਪਣੀ ਯੂਜ਼ਰ ਆਈ ਡੀ ਨੂੰ ਲੋਗਿਨ ਕਰ ਲਿਆ, ਸੋ ਆਪਾਂ ਇੱਥੋਂ ਇਸ ਨੂੰ ਓਕੇ ਕਰ ਦਿੰਦੇ ਹਾਂ ਜੀ।
ਸੋ ਇਹ ਪੁੱਛ ਰਿਹਾ ਕਿ ਓਕੇ ਕਰਨ ਤੋਂ ਬਾਅਦ ਕਿ ਜੋ ਪਾਸਵਰਡ ਹੈ ਮੋਬਾਈਲ ਸੇਵ ਕਰਨਾ, ਸੋ ਆਪਾਂ ਇਸਨੂੰ ਸੇਵ ਕਰ ਲੈਂਦੇ ਹਾਂ, ਸੋ ਬਾਰ ਬਾਰ ਪਾਸਵਰਡ ਲਗਾਉਣ ਦੀ ਲੋੜ ਨਹੀਂ ਪਵੇਗੀ। ਸੋ ਹੁਣ ਮੈਂ ਸਬਮਿਟ ਨੂੰ ਟੱਚ ਕਰ ਦਿੰਦਾ ਵਾਂ। ਸੋ ਅਸਲ ਵਿੱਚ ਪ੍ਰੋਬਲਮ ਕੀ ਆਈ ਸੀਗੀ ਕਿ ਤੁਹਾਡਾ ਜੋ ਈਮੇਲ ਐਡਰੈਸ ਹੈ ਨਾ ਉਹਦੇ ਵਿੱਚ ਸਪੇਸ ਰਹਿ ਜਾਂਦੀ ਹੈ, ਸੋ ਤੁਸੀਂ ਕਰਸਰ ਜਾਏਗਾ ਬਿਲਕੁਲ .com ਦੇ ਨਾਲ ਹੀ ਜੋੜ ਦੇਣਾ ਹੈ। ਸੋ ਹੁਣ ਆਪਾਂ ਨੂੰ ਕਹਿ ਰਿਹਾ ਕਿ ਜੋ ਈ ਵੈਰੀਫਿਕੇਸ਼ਨ ਕੋਡ ਹੈ ਮੇਰੇ ਫੋਨ ਉੱਪਰ ਆ ਚੁੱਕਾ ਹੈ, ਸੋ ਮੈਂ ਇੱਥੇ ਉਹ ਫਿਲ ਕਰਨ ਜਾ ਰਿਹਾ ਵਾਂ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇੱਕ ਨਵੇਂ ਪੇਜ 'ਤੇ ਆ ਚੁੱਕੇ ਹਾਂ ਜਿਹਦੇ ਵਿੱਚ ਕਿ ਆਪਾਂ ਤੋਂ ਡਾਕੂਮੈਂਟ ਅਪਲੋਡ ਕਰਨ ਲਈ ਕਿਹਾ ਜਾ ਰਿਹਾ। ਸੋ ਇਸ ਜਗ੍ਹਾ ਤੋਂ ਆਪਾਂ ਲਿਖਿਆ ਕਿ ਡਾਕੂਮੈਂਟ ਟਾਈਪ, ਇੱਕ ਤੁਸੀਂ ਫੋਟੋ ਅਪਲੋਡ ਕਰਨੀ, ਇੱਕ ਆਈਡੈਂਟੀ ਪਰੂਫ ਅਪਲੋਡ ਕਰਨਾ ਹੈ, ਔਰ ਇਹਦੇ ਸਾਹਮਣੇ ਰੈਡ ਕਲਰ ਲਿਖਿਆ ਕਿ ਜੋ ਤੁਹਾਡੀ ਫੋਟੋ ਹੈਗੀ ਹੈ ਵਾਈਟ ਕਲਰ ਲਿਖਿਆ ਕਿ ਉਹ 5 MB ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਔਰ ਟਾਈਪ ਦੱਸਿਆ ਕਿ ਉਹ PDF ਵਿੱਚ, JPG ਔਰ PNG ਇਮੇਜਾਂ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਆਪਾਂ ਹੁਣ ਸਭ ਤੋਂ ਪਹਿਲਾਂ 5 MB ਦੀ ਫੋਟੋ ਆਪਣੀ ਤਿਆਰ ਕਰਾਂਗੇ, ਔਰ ਉਸਨੂੰ ਬਣਾਉਣ ਦਾ ਮੈਂ ਤੁਹਾਨੂੰ ਤਰੀਕਾ ਵੀ ਇਹਦੇ ਵਿੱਚ ਵੀਡੀਓ ਵਿੱਚ ਦੱਸਣ ਜਾ ਰਿਹਾ ਹਾਂ। ਸੋ 5 MB ਦੀ ਫੋਟੋ ਨੂੰ ਅਪਲੋਡ ਕਰਨ ਦੇ ਲਈ ਤੁਸੀਂ ਕੀ ਕਰਨਾ, ਤੁਸੀਂ ਇੱਕ ਐਪ ਹੈਗੀ ਹੈ ਫੋਟੋ ਐਂਡ ਪਿਕਚਰ ਰਿਸਾਈਜ਼ਰ ਐਪ, ਉਸਨੂੰ ਸਭ ਤੋਂ ਪਹਿਲਾਂ ਡਾਊਨਲੋਡ ਕਰ ਲੈਣਾ ਹੈ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਐਪ ਤੁਹਾਨੂੰ ਨਜ਼ਰ ਆ ਰਹੀ ਹੈ ਫੋਟੋ ਐਂਡ ਪਿਕਚਰ ਰਿਸਾਈਜ਼ਰ ਐਪ, ਜਿਸ ਬਾਰੇ ਮੈਂ ਤੁਹਾਨੂੰ ਪਿਛਲੇ ਵੀਡੀਓ ਵਿੱਚ ਦੱਸਿਆ ਸੀਗਾ, ਤੁਸੀਂ ਸ਼ਾਇਦ ਇਸ ਨੂੰ ਡਾਊਨਲੋਡ ਕਰ ਹੀ ਲਿਆ ਹੋਵੇ। ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਐਪ ਨੂੰ ਪਲੇ ਸਟੋਰ 'ਤੇ ਜਾ ਕੇ ਇਸ ਐਪ ਨੂੰ ਡਾਊਨਲੋਡ ਕਰ ਲੈਣਾ ਹੈ। ਡਾਊਨਲੋਡ ਕਰਨ ਤੋਂ ਬਾਅਦ ਇਸ ਐਪ ਨੂੰ ਆਪਣੇ ਫੋਨ ਦੇ ਵਿੱਚ ਖੋਲ ਲੈਣਾ ਹੈ। ਸੋ ਹੁਣ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਆਪਾਂ ਜੋ ਮਿਡ ਡੇ ਮੀਲ ਇੰਚਾਰਜ ਹੈਗਾ ਵਾ ਉਸਦੀ ਜੋ ਫੋਟੋ ਹੈਗੀ ਹੈ ਉਸਨੂੰ ਇੱਥੇ ਸਿਲੈਕਟ ਫੋਟੋਸ ਤੋਂ ਚੱਕ ਲੈਣਾ ਹੈ। ਅਗਰ ਤੁਸੀਂ ਸਿੱਧਾ ਹੀ ਫੋਟੋ ਮੋਬਾਈਲ ਤੋਂ ਖਿੱਚਣਾ ਚਾਹੁੰਦੇ ਤਾਂ ਟੇਕ ਕੈਮਰੇ ਦੀ ਆਪਸ਼ਨ ਵੀ ਯੂਜ਼ ਕਰ ਸਕਦੇ ਹੋ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਆਪਾਂ ਜੋ ਆਪਣੀ ਫੋਟੋ ਹੈਗੀ ਹੈ ਉਸ ਫੋਟੋ ਨੂੰ ਅਪਲੋਡ ਕਰ ਦਿੱਤਾ ਹੈ। ਫੋਟੋ ਅਪਲੋਡ ਕਰਨ ਤੋਂ ਬਾਅਦ ਇਸ ਜਗ੍ਹਾ 'ਤੇ ਇਸ ਤਰ੍ਹਾਂ ਸ਼ੋ ਹੋਵੇਗਾ ਵਿਊ ਪਬਲਿਕ ਡਿਲੀਟ। ਸੋ ਹੁਣ ਜੋ ਸੈਕਿੰਡ ਆਪਸ਼ਨ ਆ ਰਹੀ ਹੈ ਆਈਡੈਂਟੀ ਪਰੂਫ ਦੀ ਆ ਰਹੀ ਹੈ। ਸੋ ਆਈਡੈਂਟੀ ਪਰੂਫ ਦੇ ਵਿੱਚ ਕੀ ਹੈ ਕਿ ਤੁਸੀਂ ਧਿਆਨ ਰੱਖਣਾ ਇਸ ਗੱਲ ਦਾ ਕਿ ਤੁਸੀਂ ਆਪਣੇ 2 ਆਈਡੈਂਟੀ ਪਰੂਫ ਅਪਲੋਡ ਕਰਨੇ ਆ। ਕਈ ਵੀਡੀਓਜ਼ ਵਿੱਚ ਸਿਰਫ ਕਹਿ ਦਿੱਤਾ ਜਾਂਦਾ ਕਿ ਇੱਕ ਡਾਕੂਮੈਂਟ ਅਪਲੋਡ ਕਰ ਦਿਓ, ਇੱਕ ਡਾਕੂਮੈਂਟ ਉਹ ਨਹੀਂ ਮੰਗਦੇ, ਤੁਹਾਨੂੰ ਪੇਮੈਂਟ ਕਰਦੇ ਵਕਤ ਸਮੱਸਿਆ ਆਵੇਗੀ, ਹੁਣ ਤੁਹਾਨੂੰ 2 ਜੋ ਡਾਕੂਮੈਂਟ ਅਪਲੋਡ ਕਰਨ ਲਈ ਕਹੇਗਾ। ਤੁਸੀਂ ਮੈਕਸੀਮਾਈਜ਼ ਜਗ੍ਹਾ 'ਤੇ 15 ਡਾਕੂਮੈਂਟ ਅਪਲੋਡ ਕਰ ਸਕਦੇ ਹੋ। ਸੋ ਘੱਟ ਤੋਂ ਘੱਟ 2 ਤਾਂ ਆਪਾਂ ਕਰਨੇ ਹੀ ਹੈਗੇ ਆ, ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਜੋ ਹੈਗਾ ਵਾ ਆਪਣੀ ਵੋਟਰ ਆਈਡੀ ਨੂੰ ਇਸ ਜਗ੍ਹਾ ਦੇ ਉੱਪਰ ਸਿਲੈਕਟ ਕਰਕੇ ਅਪਲੋਡ ਕਰ ਦਿੰਦੇ ਹਾਂ। ਦੂਸਰੇ ਨੰਬਰ 'ਤੇ ਆਪਾਂ ਜੋ ਹੈਗਾ ਵਾ ਆਪਣਾ ਜੋ ਪੈਨ ਕਾਰਡ ਹੈਗਾ ਵਾ ਉਸਨੂੰ ਇੱਥੇ ਅਪਲੋਡ ਕਰ ਦੇਵਾਂਗੇ। ਸੋ ਡਾਕੂਮੈਂਟ ਨੂੰ ਰੀਸਾਈਜ਼ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸ ਚੁੱਕਿਆ ਵਾਂ। ਸੋ ਇਹ ਡਾਕੂਮੈਂਟ ਘੱਟੋ ਘੱਟ 15 MB ਦੇ ਹੋਣੇ ਚਾਹੀਦੇ ਨੇ। ਸੋ ਦੇਖੋ ਮੇਰੀ ਵੋਟਰ ਆਈਡੀ ਅਪਲੋਡ ਹੋਣ ਤੋਂ ਬਾਅਦ ਇੱਥੇ ਇਹ ਚੀਜ਼ ਆ ਗਈ ਵਿਊ ਪਬਲਿਕ ਡਿਲੀਟ, ਇਹਦਾ ਮਤਲਬ ਕਿ ਫੋਟੋ ਆਪਣੀ ਅਪਲੋਡ ਹੋ ਚੁੱਕੀ ਹੈ। ਹੁਣ ਆਪਾਂ ਇੱਕ ਆਪਣਾ ਪੈਨ ਕਾਰਡ ਵੀ ਇੱਥੇ ਅਪਲੋਡ ਕਰ ਦਿੰਦੇ ਹਾਂ। ਸੋ ਪੈਨ ਕਾਰਡ ਮੈਂ ਪਹਿਲਾਂ ਹੀ ਆਲਰੇਡੀ ਅਪਲੋਡ ਕਰ ਚੁੱਕਿਆ, ਇਸ ਕਰਕੇ ਇੱਥੇ ਹੁਣ ਆਪਸ਼ਨ ਨਹੀਂ ਆ ਰਹੀ। ਠੀਕ ਹੈ ਜੀ, ਤੁਸੀਂ ਪੈਨ ਕਾਰਡ ਔਰ ਵੋਟਰ ਕਾਰਡ ਜਾਂ ਕੋਈ ਵੀ ਮਤਲਬ 2 ਆਈਡੀ ਪਰੂਫ ਆਪਣੇ ਅਪਲੋਡ ਕਰਨੇ ਹੈਗੇ, ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਓ। ਸੋ ਅਗਲੀ ਆਪਸ਼ਨ ਦੇ ਵਿੱਚ ਹੁਣ ਆਪਾਂ ਤੋਂ ਜੋ ਆਪਣਾ ਸਕੂਲ ਦੀ ਜੋ ਆਈਡੀ ਪਰੂਫ ਮੰਗਿਆ ਜਾ ਰਿਹਾ ਕਿ ਆਪਣਾ ਸਕੂਲ ਦਾ ਜੋ ਐਡਰੈਸ ਹੈਗਾ ਜਾਂ ਜੋ ਵੀ ਸਕੂਲ ਨਾਲ ਸੰਬੰਧਿਤ ਆਪਣੇ ਕੋਲ ਪਰੂਫ ਹੈਗਾ ਵਾ ਆਪਾਂ ਉਹ ਇੱਥੇ ਅਪਲੋਡ ਕਰਨਾ। ਸੋ ਇੱਥੇ 3-4 ਆਪਸ਼ਨ ਆ ਰਹੀ ਨੇ, ਪਰੂਫ ਆਫ ਪ੍ਰੇਮਿਸਿਸ, ਹੈਲਥ NOC, ਐਨੀ ਅਦਰ ਡਾਕੂਮੈਂਟ, NOC ਆਫ ਮਿਊਨਸੀਪੈਲਿਟੀ, ਪੰਚਾਇਤ, ਫੋਟੋਗ੍ਰਾਫਸ। ਸੋ ਇੱਥੇ ਆਪਾਂ ਕੀ ਕਰਨਾ, ਪਰੂਫ ਆਫ ਪ੍ਰੈਮਿਸਿਸ ਨੂੰ ਟੱਚ ਕਰਕੇ ਆਪਣੇ ਸਕੂਲ ਦਾ ਜੋ ਬਿਜਲੀ ਦਾ ਬਿੱਲ ਹੈਗਾ ਵਾ ਉਹ ਇੱਥੇ ਆਪਾਂ ਅਪਲੋਡ ਕਰ ਦੇਵਾਂਗੇ। ਸੋ ਇੱਥੇ ਵੀ ਲਿਖਿਆ ਕਿ 5 MB ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਵਾ, ਇਸ ਕਰਕੇ ਅਗਰ ਤੁਸੀਂ ਉਸਦਾ ਸਾਈਜ਼ ਵਧਾਉਣਾ ਜਾਂ ਘਟਾਉਣਾ ਹੈ ਤਾਂ ਉਸ ਐਪ ਦੀ ਵਰਤੋਂ ਕਰਦੇ ਹੋਏ ਬਿਜਲੀ ਦੇ ਬਿੱਲ ਦਾ ਆਪਣਾ ਸਾਈਜ਼ ਘਟਾ ਲਿਓ, ਫਿਰ ਉਸਨੂੰ ਇੱਥੇ ਅਪਲੋਡ ਕਰ ਲਿਓ। ਤਾਂ ਬਿਜਲੀ ਦਾ ਬਿੱਲ ਅਪਲੋਡ ਕਰਨ ਤੋਂ ਬਾਅਦ ਇੱਥੇ ਆਪਾਂ ਦੇਖ ਹੋਰ ਪਰੂਫ ਮੰਗਦਾ। ਸੋ ਇਸ ਜਗ੍ਹਾ ਦੇ ਉੱਪਰ ਆਪਾਂ 2 ਪਰੂਫ ਅਪਲੋਡ ਕਰਨੇ ਨੇ, ਤੁਸੀਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਵਾ ਕਿਉਂਕਿ ਕਈ ਵੀਡੀਓਜ਼ ਵਿੱਚ ਸਿਰਫ ਇੱਕੋ ਪਰੂਫ ਅਪਲੋਡ ਕਰਕੇ ਅੱਗੇ ਵੀਡੀਓ ਪਲੇ ਕਰ ਦਿੱਤਾ ਜਾਂਦਾ ਜਿਸ ਨਾਲ ਟੀਚਰ ਬਾਅਦ ਵਿੱਚ ਖੱਜਲ ਹੁੰਦੇ ਨੇ। ਸੋ ਤੁਸੀਂ ਕੀ ਕਰਨਾ, ਸੈਕਿੰਡ ਆਪਸ਼ਨ ਨੂੰ ਫਿਰ ਸਿਲੈਕਟ ਕਰਨਾ। ਤਾਂ ਇਹਦੇ ਵਿੱਚ ਤੁਸੀਂ ਦੇਖੋ ਅੱਗੇ ਫਿਰ ਤੋਂ ਆਪਾਂ ਨੂੰ ਪੁੱਛਿਆ ਕਿ ਤੁਸੀਂ ਪਰੂਫ ਆਫ ਪ੍ਰੈਮਿਸਿਸ ਆਪਾਂ ਜਮ੍ਹਾਂ ਕਰਾਤਾ। ਸੋ ਮੇਰੇ ਹਿਸਾਬ ਨਾਲ ਜੋ ਅਗਲਾ ਪਰੂਫ ਆਪਣੇ ਉਹ ਸਭ ਕੋਲ ਅਵੇਲੇਬਲ ਹੋਵੇਗਾ ਉਹ ਹੋਏਗਾ ਕਿ ਆਪਾਂ ਆਪਣੇ ਜੋ ਸਕੂਲ ਦਾ ਗੇਟ ਹੈਗਾ ਵਾ ਉਹਦੀ ਫੋਟੋ ਖਿੱਚ ਕੇ ਇੱਥੇ ਅਪਲੋਡ ਕਰ ਸਕਦੇ ਹਾਂ। ਸੋ ਫੋਟੋਗ੍ਰਾਫ ਆਫ ਦਾ ਯੂਨਿਟ, ਐਂਟਰੈਂਸ, ਫਰੰਟ ਫੇਸਿੰਗ, ਐਂਡ ਆਫ ਦਾ ਯੂਨਿਟ, ਆਪਾਂ ਇਸ ਆਪਸ਼ਨ ਨੂੰ ਟੱਚ ਕਰ ਲਵਾਂਗੇ। ਇਸ ਆਪਸ਼ਨ ਨੂੰ ਟੱਚ ਕਰਨ ਤੋਂ ਬਾਅਦ ਸਕੂਲ ਦੇ ਗੇਟ ਦੀ ਪਿਕਚਰ ਨੂੰ ਆਪਾਂ ਸਿਲੈਕਟ ਕਰ ਲਵਾਂਗੇ ਗੈਲਰੀ ਜਾ ਕੇ, ਔਰ ਸਕੂਲ ਦੇ ਗੇਟ ਦੀ ਆਪਸ਼ਨ ਨੂੰ ਇੱਥੋਂ ਸਿਲੈਕਟ ਕਰਨ ਤੋਂ ਅਪਲੋਡ ਕਰ ਦੇਵਾਂਗੇ। ਸੋ ਮੈਂ ਇੱਥੇ ਸਕੂਲ ਦੇ ਗੇਟ ਦੀ ਫੋਟੋ ਅਪਲੋਡ ਕਰ ਦਿੱਤੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਡਾਟਾ ਅਪਲੋਡਡ ਸਕਸੈਸਫੁਲੀ ਆ ਗਿਆ। ਸੋ ਹੁਣ ਆਪਾਂ ਨੀਚੇ ਜਾਵਾਂਗੇ, ਇੱਥੇ ਰੈਕਲੇਸ਼ਨ ਕਰਦੇ ਹੋਏ ਅੱਗੇ ਜਾਂਦੇ ਹਾਂ, ਅੱਗੇ ਪੇਮੈਂਟ ਵਾਲੀ ਆਪਸ਼ਨ ਆ ਗਈ ਹੈ। ਸੋ ਤੁਸੀਂ ਫਸਟ ਆਪਸ਼ਨ ਆਨਲਾਈਨ ਪੇਮੈਂਟ ਥਰੂ ਰੋਜ਼ਰ ਪੇ ਨੂੰ ਸਿਲੈਕਟ ਕਰ ਲੈਣਾ ਹੈ, ਔਰ ਨੀਚੇ GST ਨੰਬਰ ਪੁੱਛਿਆ ਜਾ ਰਿਹਾ, ਤੁਸੀਂ ਇਸਨੂੰ ਖਾਲੀ ਛੱਡ ਦੇਣਾ ਹੈ। ਨੀਚੇ ਪ੍ਰੀਵਿਊ ਐਪਲੀਕੇਸ਼ਨ ਦੀ ਆਪਸ਼ਨ ਵੀ ਆ ਰਹੀ ਹੈ, ਤੁਸੀਂ ਇਸ ਜਗ੍ਹਾ ਤੋਂ ਆਪਣੀ ਐਪਲੀਕੇਸ਼ਨ ਨੂੰ ਪ੍ਰੀਵਿਊ ਕਰ ਸਕਦੇ ਹੋ, ਦੇਖ ਸਕਦੇ ਹੋ ਖੋਲ ਕੇ।
ਸੋ ਆਪਾਂ ਹੁਣ ਸਿੱਧਾ ਪੇ ਕਰਾਂਗੇ, ਸੋ ਪੇ ਕਰਨ ਦੀ ਆਪਸ਼ਨ 'ਤੇ ਜਾ ਰਹੇ ਹਾਂ। ਸੋ ਦੇਖੋ ਪੇ ਨੂੰ ਸਿਲੈਕਟ ਕਰਦੇ ਹੀ ਇੱਥੇ ਆ ਗਿਆ ਆਪਣਾ ਸਿਗਨੇਚਰ ਟਾਈਪ, ਈ ਸਾਈਨ ਮੋਬਾਈਲ ਨੰਬਰ ਪੁੱਛ ਰਿਹਾ, ਸੋ ਇੱਥੇ ਆਪਾਂ ਪ੍ਰੋਸੀਡ ਕਰ ਦੇਵਾਂਗੇ। ਪ੍ਰੋਸੀਡ ਕਰਨ ਤੋਂ ਬਾਅਦ ਆਪਾਂ ਨੂੰ ਇੱਕ ਓ ਟੀ ਪੀ ਜੋ ਹੈਗਾ ਵਾ ਆਪਣੇ ਫੋਨ ਉੱਪਰ ਪਹੁੰਚ ਜਾਵੇਗਾ, ਜੋ ਕਿ ਆਪਾਂ ਇੱਥੇ ਫਿਲ ਕਰਨਾ ਹੈ। ਸੋ ਮੇਰੇ ਫੋਨ ਉੱਪਰ ਇਹ ਓ ਟੀ ਪੀ ਆ ਚੁੱਕਿਆ ਫੂਡ ਸਟੈਂਡਰਡ ਸੇਫਟੀ ਵੱਲੋਂ, ਸੋ ਮੈਂ ਇੱਥੇ ਉਹ ਫਿਲ ਕਰਨ ਜਾ ਰਿਹਾ ਵਾਂ। ਸੋ ਓ ਟੀ ਪੀ ਫਿਲ ਕਰਨ ਤੋਂ ਬਾਅਦ ਆਪਾਂ ਇਹਨੂੰ ਪ੍ਰੋਸੀਡ ਕਰ ਦੇਵਾਂਗੇ। ਪ੍ਰੋਸੀਡ ਕਰਨ ਤੋਂ ਬਾਅਦ ਆਪਣੇ ਸਾਹਮਣੇ ਜੋ ਪੇਮੈਂਟ ਵਿੰਡੋ ਹੈਗੀ ਆ ਉਹ ਖੁੱਲ ਜਾਵੇਗੀ, ਜਿਹਦੇ ਵਿੱਚ ਕਿ ਆਪਾਂ ਨੂੰ ਪੇਮੈਂਟ ਦੇ ਮੈਥਡ ਪੁੱਛੇਗਾ ਕਿ ਤੁਸੀਂ ਕਿਸ ਤਰ੍ਹਾਂ ਪੇਮੈਂਟ ਕਰਨਾ ਚਾਹੁੰਦੇ ਹੋ, ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਰਾਹੀਂ, ਨੈੱਟ ਬੈਂਕਿੰਗ ਦੇ ਰਾਹੀਂ ਜਾਂ ਯੂ ਪੀ ਆਈ ਦੇ ਰਾਹੀਂ। ਸੋ ਤੁਹਾਨੂੰ ਇਹਨਾਂ ਵਿੱਚੋਂ ਜਿਹੜਾ ਵੀ ਸੌਖਾ ਤਰੀਕਾ ਲੱਗਦਾ ਤੁਸੀਂ ਉਸ ਰਾਹੀਂ ਆਪਣੀ ਜੋ ਹੈਗੀ ਆ ਪੇਮੈਂਟ ਕਰ ਸਕਦੇ ਹੋ। ਸੋ ਮੈਨੂੰ ਲੱਗਦਾ ਕਿ ਮੈਂ ਨੈੱਟ ਬੈਂਕਿੰਗ ਦੇ ਰਾਹੀਂ ਪੇਮੈਂਟ ਆਸਾਨੀ ਨਾਲ ਕਰ ਸਕਦਾ ਵਾਂ, ਇਸ ਕਰਕੇ ਮੈਂ ਨੈੱਟ ਬੈਂਕਿੰਗ ਰਾਹੀਂ ਪੇਮੈਂਟ ਕਰ ਦਿੰਦਾ ਵਾਂ। ਸੋ ਨੈੱਟ ਬੈਂਕਿੰਗ ਨੂੰ ਸਿਲੈਕਟ ਕਰਨ ਤੋਂ ਬਾਅਦ ਆਪਾਂ ਤੋਂ ਆਪਣਾ ਬੈਂਕ ਪੁੱਛੇਗਾ, ਮੈਂ ਸਟੇਟ ਬੈਂਕ ਆਫ ਇੰਡੀਆ ਨੂੰ ਸਿਲੈਕਟ ਕਰ ਲਿਆ। ਸਟੇਟ ਬੈਂਕ ਆਫ ਇੰਡੀਆ ਸਿਲੈਕਟ ਕਰਨ ਤੋਂ ਬਾਅਦ ਨੀਚੇ ਆਪਾਂ ਨੂੰ ਪੇ ਨਾਓ ਦੀ ਆਪਸ਼ਨ ਆ ਰਹੀ ਹੈ, ਆਪਾਂ ਪੇ ਨਾਓ ਦੀ ਆਪਸ਼ਨ ਨੂੰ ਟੱਚ ਕਰ ਦਿੰਦੇ ਹਾਂ। ਸੋ ਇਸ ਜਗ੍ਹਾ ਦੇ ਉੱਪਰ ਦੇਖੋ ਆਪਾਂ ਨੂੰ ਜੋ ਪੇਮੈਂਟ ਹੈਗੀ ਹੈ 100 ਰੁਪਿਆ, ਜੋ ਆਪਾਂ ਨੂੰ ਚਾਰਜ ਲੱਗੇਗਾ 7 ਰੁਪਏ, ਯਾਨੀ ਔਰ ਜੀ ਐਸ ਟੀ ਲੱਗੇਗੀ 1 ਰੁਪਏ 26 ਪੈਸੇ। ਸੋ ਇਸ ਤਰ੍ਹਾਂ 108 ਰੁਪਏ 26 ਪੈਸੇ ਆਪਾਂ ਤੋਂ ਇਹ ਲੈ ਜਾਣਗੇ। ਸੋ ਆਪਾਂ ਨੂੰ ਇਹ ਦੇਣੇ ਵੀ ਪੈਣੇ ਹੈਗੇ ਆ, ਸੋ ਇਸ ਨੂੰ ਆਪਾਂ ਪੇ ਕਰ ਦਿੰਦੇ ਹਾਂ ਜੀ। ਸੋ ਪੇ ਕਰਨ ਤੋਂ ਬਾਅਦ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ, ਔਰ ਆਪਣੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਆਉਂਦਾ ਹੈ, ਜਿਹਦੇ ਵਿੱਚ ਕਿ ਆਪਣੀ ਜੋ ਯੂਜ਼ਰ ਆਈ ਡੀ ਪੁੱਛਦਾ ਹੈ, ਜੋ ਆਪਣੀ ਇੰਟਰਨੈਟ ਬੈਂਕਿੰਗ ਦੀ ਯੂਜ਼ਰ ਆਈ ਡੀ ਹੈਗੀ ਆ, ਪਾਸਵਰਡ ਆਪਾਂ ਤੋਂ ਪੁੱਛਦਾ ਹੈ। ਸੋ ਮੈਂ ਇੱਥੇ ਉਸ ਨੂੰ ਇੱਥੇ ਫਿਲ ਕਰਨ ਜਾ ਰਿਹਾ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਮੈਂ ਆਪਣੀ ਯੂਜ਼ਰ ਆਈ ਡੀ ਔਰ ਪਾਸਵਰਡ ਲਗਾ ਦਿੱਤਾ ਹੈ, ਹੁਣ ਮੈਂ ਇਸ ਨੂੰ ਲੌਗਇਨ ਕਰੂੰਗਾ। ਸੋ ਲੌਗਇਨ ਕਰਨ ਤੋਂ ਬਾਅਦ, ਸੋ ਤੁਸੀਂ ਦੇਖ ਸਕਦੇ ਹੋ ਕਿ ਪਾਸਵਰਡ ਲਗਾਉਣ ਤੋਂ ਬਾਅਦ ਆਪਣੇ ਸਾਹਮਣੇ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਂਦਾ ਹੈ, ਜਿਹਦੇ ਵਿੱਚ ਕਿ ਆਪਣੀ ਜੋ ਪੇਮੈਂਟ ਡਿਟੇਲ ਹੈ ਉਹ ਆ ਰਹੀ ਹੈਗੀ ਹੈ। ਸੋ ਮੈਂ ਨੀਚੇ ਕਨਫਰਮ ਨੂੰ ਟਿਕ ਕਰ ਦੂੰਗਾ, ਕਨਫਰਮ ਨੂੰ ਟਿਕ ਕਰਨ ਤੋਂ ਬਾਅਦ ਪ੍ਰੋਸੈਸਿੰਗ ਹੁੰਦੀ ਹੈ, ਔਰ ਜੋ ਪੇਮੈਂਟ ਹੈਗੀ ਹੈ ਉਸਦੀ ਆਪਣਾ ਓ ਟੀ ਪੀ ਜੋ ਹੈਗਾ ਵਾ ਆਪਣੇ ਫੋਨ ਉੱਪਰ ਆ ਜਾਂਦਾ ਹੈ। ਸੋ ਮੈਂ ਫੋਨ ਉੱਪਰ ਆਇਆ ਓ ਟੀ ਪੀ ਇੱਥੇ ਫਿਲ ਕਰਨ ਜਾ ਰਿਹਾ ਹਾਂ। ਓ ਟੀ ਪੀ ਫਿਲ ਕਰਨ ਤੋਂ ਬਾਅਦ ਨੀਚੇ ਕਨਫਰਮ ਦੀ ਆਪਸ਼ਨ ਆ ਰਹੀ ਹੈ, ਮੈਂ ਇਸ ਨੂੰ ਕਨਫਰਮ ਕਰ ਦੂੰਗਾ। ਕਨਫਰਮ ਕਰਨ ਤੋਂ ਬਾਅਦ ਦੇਖੋ ਲਿਖਿਆ ਆ ਗਿਆ ਕਿ ਯੂ ਆਰ ਪੇਮੈਂਟ ਵਾਜ ਅਜ ਸਕਸੈਸਫੁਲ, ਕਿ ਆਪਣੀ ਜੋ ਪੇਮੈਂਟ ਹੈਗੀ ਹੈ ਸਕਸੈਸਫੁਲ ਹੋ ਚੁੱਕੀ ਹੈ, ਔਰ ਇਸ ਤੋਂ ਬਾਅਦ ਇਹ ਆਪਣੀ ਪ੍ਰੋਸੈਸਿੰਗ ਫਿਰ ਤੋਂ ਸ਼ੁਰੂ ਹੋਣ ਲੱਗ ਜਾਂਦੀ ਹੈ। ਨਾਲ ਦੀ ਨਾਲ ਆਪਣੇ ਫੋਨ ਉੱਪਰ ਵੀ ਮੈਸੇਜ ਆ ਜਾਂਦੇ ਨੇ ਕਿ ਜੋ ਤੁਹਾਡਾ 100 ਰੁਪਇਆ ਉਹਨਾਂ ਦੇ ਕੋਲ ਪਹੁੰਚ ਗਿਆ ਹੈ ਜੀ ਐਸ ਟੀ ਵਗੈਰਾ ਕੱਟ ਕੇ। ਸੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜੋ ਫੋਸਕੋਸ ਦੀ ਵੈਬਸਾਈਟ ਦੇ ਉੱਪਰ ਪੇਮੈਂਟ ਕਲੀਅਰ ਕਰ ਦਿੱਤੀ ਹੈ, ਪੇਮੈਂਟ ਕਰ ਦਿੱਤੀ ਹੈ। ਪੇਮੈਂਟ ਕਰਨ ਤੋਂ ਬਾਅਦ ਹੁਣ ਆਪਾਂ ਆਪਣੀ ਆਈ ਡੀ ਕ੍ਰੀਏਟ ਕਰ ਚੁੱਕੇ ਹਾਂ, ਔਰ ਇਸ ਆਈ ਡੀ ਨੂੰ ਫਿਰ ਤੋਂ ਖੋਲ੍ਹਾਂਗੇ, ਕਿਉਂਕਿ ਆਪਾਂ ਇੱਕ ਸਰਟੀਫਿਕੇਟ ਜੋ ਹੈਗਾ ਵਾ ਉਹ ਆਪਾਂ ਡਾਊਨਲੋਡ ਕਰਨਾ ਹੈ। ਸੋ ਸਰਟੀਫਿਕੇਟ ਡਾਊਨਲੋਡ ਕਰਨ ਦੇ ਲਈ ਆਪਾਂ ਫੋਸਕੋਸ ਦੀ ਵੈਬਸਾਈਟ ਨੂੰ ਦੁਬਾਰਾ ਖੋਲ੍ਹਦੇ ਹੋਏ ਸਰਚ ਕਰਦੇ ਹਾਂ ਜੀ। ਸੋ ਇੱਥੇ ਆਪਾਂ ਇਸ ਵੈਬਸਾਈਟ ਨੂੰ ਖੋਲ੍ਹ ਲੈਂਦੇ ਹਾਂ। ਇਸ ਵੈਬਸਾਈਟ ਨੂੰ ਖੋਲ੍ਹਣ ਤੋਂ ਬਾਅਦ ਸੇਮ ਪ੍ਰੋਸੈਸ ਹੋਵੇਗੀ, ਆਪਣੇ ਸਾਹਮਣੇ ਪੌਪ ਅਪ ਹੋਵੇਗਾ, ਆਪਾਂ ਇਸ ਨੂੰ ਕਲੋਜ਼ ਕਰ ਦੇਵਾਂਗੇ, ਔਰ ਹੁਣ ਆਪਾਂ ਕੀ ਕਰਨਾ ਹੈ, ਲੌਗਇਨ ਫੋਰ ਬਿਜ਼ਨਸਿਸ। ਤੁਸੀਂ ਦੇਖ ਸਕਦੇ ਕਿ ਆਪਸ਼ਨ ਆ ਰਹੀ ਹੈ ਲੌਗਇਨ ਫੋਰ ਬਿਜ਼ਨਸਿਸ, ਇਸ ਆਪਸ਼ਨ ਨੂੰ ਆਪਾਂ ਟੱਚ ਕਰ ਲੈਂਦੇ ਹਾਂ। ਇਸ ਨੂੰ ਟੱਚ ਕਰਨ ਤੋਂ ਬਾਅਦ ਆਪਣੇ ਸਾਹਮਣੇ ਪ੍ਰੋਸੈਸਿੰਗ ਹੁੰਦੀ ਹੈ, ਔਰ ਦੋ ਤਰ੍ਹਾਂ ਦੇ ਆਪਣੇ ਸਾਹਮਣੇ ਸਾਈਨ ਇਨ ਪੇਜ ਆਉਂਦੇ ਆ। ਸਭ ਤੋਂ ਪਹਿਲਾਂ ਆ ਰਿਹਾ ਯੂਜ਼ਰ ਸਾਈਨ ਇਨ, ਇਹਦੇ ਵਿੱਚ ਤਾਂ ਆਪਾਂ ਜੋ ਆਪਾਂ ਨੂੰ ਰਜਿਸਟ੍ਰੇਸ਼ਨ ਨੰਬਰ ਮਿਲਿਆ ਹੈ ਉਹ ਵਾਲਾ ਰਜਿਸਟ੍ਰੇਸ਼ਨ ਨੰਬਰ ਭਰ ਕੇ ਆਪਾਂ ਆਪਣੀ ਜੋ ਆਈ ਡੀ ਖੋਲ੍ਹਵਾਂਗੇ। ਅਗਰ ਆਪਾਂ ਆਪਣੀ ਆਈ ਡੀ ਭੁੱਲ ਚੁੱਕੇ ਹਾਂ ਤਾਂ ਆਪਾਂ ਨੂੰ ਇਸ ਸਾਈਡ ਆਉਣਾ, ਇਹਦੇ ਵਿੱਚ ਦੇਖੋ ਆਪਾਂ ਆਪਣੀ ਈਮੇਲ ਆਈ ਡੀ ਔਰ ਮੋਬਾਈਲ ਨੰਬਰ ਭਰ ਕੇ ਔਰ ਕੈਪਚਾ ਲਗਾ ਕੇ ਵੀ ਆਪਣੀ ਉਸ ਆਈ ਡੀ ਨੂੰ ਖੋਲ੍ਹ ਸਕਦੇ ਹਾਂ। ਪਰ ਕਿਉਂਕਿ ਵੀਡੀਓ ਦੌਰਾਨ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਸਕਰੀਨਸ਼ੋਟ ਕਰ ਲਓ ਆਪਣੇ ਰਜਿਸਟ੍ਰੇਸ਼ਨ ਨੰਬਰ ਨੂੰ, ਉਹ ਆਪਾਂ ਕੀਤਾ ਹੋਇਆ। ਇਸ ਤੋਂ ਇਲਾਵਾ ਆਪਣੇ ਮੋਬਾਈਲ ਦੇ ਉੱਪਰ ਐਸ ਐਮ ਐਸ ਰਾਹੀਂ ਵੀ ਆਪਣਾ ਰਜਿਸਟ੍ਰੇਸ਼ਨ ਨੰਬਰ ਆਇਆ ਹੋਇਆ। ਸੋ ਆਪਾਂ ਆਪਣੇ ਰਜਿਸਟ੍ਰੇਸ਼ਨ ਨੰਬਰ ਦੇ ਨਾਲ ਉਸਨੂੰ ਖੋਲ੍ਹਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੈਂ ਪਾਸਵਰਡ ਲਗਾਤਾ ਹੈ ਔਰ ਕੈਪਚਾ ਫਿਲ ਕਰਕੇ ਸਾਈਨ ਇਨ ਕਰਨ ਜਾ ਰਿਹਾ ਹਾਂ। ਸਾਈਨ ਇਨ ਮੈਂ ਕਰ ਦਿੱਤਾ ਹੈ। ਸਾਈਨ ਇਨ ਕਰਨ ਤੋਂ ਬਾਅਦ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ ਔਰ ਆਪਣੇ ਸਾਹਮਣੇ ਜੋ ਫੋਸਕੋਸ ਦਾ ਡੈਸ਼ਬੋਰਡ ਹੈਗਾ ਵਾ ਉਹ ਖੁੱਲ੍ਹ ਕੇ ਸਾਹਮਣੇ ਆ ਜਾਂਦਾ ਵਾ। ਸੋ ਆਪਣੇ ਸਾਹਮਣੇ ਫੋਸਕੋਸ ਦਾ ਜੋ ਡੈਸ਼ਬੋਰਡ ਹੈ ਖੁੱਲ੍ਹ ਕੇ ਸਾਹਮਣੇ ਆ ਜਾਂਦਾ ਵਾ। ਇਸ ਜਗ੍ਹਾ ਦੇ ਉੱਪਰ ਆਪਾਂ ਦੇਖ ਸਕਦੇ ਕਿ ਆਪਾਂ ਨੂੰ 4 ਆਪਸ਼ਨ ਆ ਰਹੀਆਂ ਨੇ ਕਲਰਸ ਦੇ ਵਿੱਚ, ਅਲੱਗ ਅਲੱਗ ਕਲਰਸ ਦੇ ਵਿੱਚ ਆਪਾਂ ਨੂੰ 4 ਆਪਸ਼ਨ ਆ ਰਹੀਆਂ ਨੇ। ਸਭ ਤੋਂ ਪਹਿਲੀ ਆਪਸ਼ਨ ਹੈਗੀ ਹੈ ਇਨਕੰਪਲੀਟ ਐਪਲੀਕੇਸ਼ਨ ਦੀ, ਦੂਜੀ ਆਪਸ਼ਨ ਹੈਗੀ ਸਬਮਿਟਡ ਐਪਲੀਕੇਸ਼ਨ ਵਿਦ ਸਕਸੈਸਫੁਲ, ਔਰ ਰਿਵਰਟਡ ਐਪਲੀਕੇਸ਼ਨ ਬਾਈ ਅਥਾਰਟੀ ਔਰ ਇਸ਼ੂਡ, 4 ਆਪਸ਼ਨ ਆ ਰਹੀਆਂ ਨੇ। ਸੋ ਜੋ ਤੁਹਾਡਾ ਸਰਟੀਫਿਕੇਟ ਹੋਗਾ ਉਹ ਤੁਹਾਨੂੰ ਇਸ਼ੂਡ ਦੇ ਵਿੱਚ ਮਿਲੇਗਾ। ਸੋ ਸਭ ਤੋਂ ਪਹਿਲਾਂ ਆਪਾਂ ਚੈੱਕ ਕਰ ਲੈਂਦੇ ਹਾਂ ਕਿ ਆਪਣਾ ਸਰਟੀਫਿਕੇਟ ਬਣ ਕੇ ਆ ਚੁੱਕਿਆ ਜਾਂ ਨਹੀਂ। ਸੋ ਮੈਂ ਇਸ਼ੂਡ ਨੂੰ ਟੱਚ ਕਰਦਾ ਵਾਂ, ਜਿਵੇਂ ਮੈਂ ਇਸ਼ੂਡ ਨੂੰ ਟੱਚ ਕਰਦਾ ਵਾਂ ਤਾਂ ਨੀਚੇ ਇੱਕ ਆਪਸ਼ਨ ਆ ਜਾਂਦੀ ਹੈ ਇਸ਼ੂਡ ਰਜਿਸਟ੍ਰੇਸ਼ਨ ਸਰਟੀਫਿਕੇਟ। ਸੋ ਮੈਂ ਇਸ ਨੂੰ ਖੋਲ੍ਹ ਲੈਂਦਾ ਵਾਂ। ਇਸ ਨੂੰ ਖੋਲ੍ਹਣ ਤੋਂ ਆਪਾਂ ਦੇਖ ਸਕਦੇ ਕਿ ਹਾਲੇ ਤੱਕ ਇੱਥੇ ਨੋ ਰਿਕਾਰਡ ਫਾਊਂਡ ਆ ਰਿਹਾ ਵਾ, ਜੋ ਆਪਣਾ ਸਰਟੀਫਿਕੇਟ ਹੈਗਾ ਵਾ ਹਾਲੇ ਤੱਕ ਬਣ ਕੇ ਨਹੀਂ ਆਇਆ। ਸੋ ਸਰਟੀਫਿਕੇਟ ਨੂੰ ਬਣਨ ਲਈ ਲੱਗਦਾ
ਇੱਕ ਜਾਂ 2 ਦਿਨ ਲੱਗ ਸਕਦੇ ਆ। ਇਸ ਕਰਕੇ ਹੁਣ ਆਪਾਂ ਵਾਪਸ ਡੈਸ਼ਬੋਰਡ ਤੇ ਜਾਂਦੇ ਆ, ਡੈਸ਼ਬੋਰਡ ਨੂੰ ਟੱਚ ਕਰਕੇ ਡੈਸ਼ਬੋਰਡ ਤੇ ਆ ਜਾਂਦੇ ਆ ਔਰ ਆਪਾਂ ਦੇਖਦੇ ਆ ਕਿ ਆਪਣੀ ਐਪਲੀਕੇਸ਼ਨ ਦਾ ਸਟੇਟਸ ਕੀ ਆ ਰਿਹਾ। ਸੋ ਮੈਂ ਸਬਮਿਟਡ ਐਪਲੀਕੇਸ਼ਨ ਸਟੇਟਸ ਨੂੰ ਚੈੱਕ ਟੱਚ ਕਰੂੰਗਾ। ਇਸ ਨੂੰ ਟੱਚ ਕਰਨ ਤੋਂ ਬਾਅਦ ਨੀਚੇ ਇਸ ਨੂੰ ਟੱਚ ਕਰਕੇ ਖੋਲ ਲਵਾਂਗੇ। ਸੋ ਇਸ ਨੂੰ ਖੋਲਣ ਤੋਂ ਬਾਅਦ ਪ੍ਰੋਸੈਸਿੰਗ ਹੁੰਦੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਸਾਡੇ ਸਕੂਲ ਦਾ ਜੋ ਨਾਮ ਔਰ ਐਪਲੀਕੇਸ਼ਨ ਟਾਈਪ ਨਿਊ ਰਜਿਸਟ੍ਰੇਸ਼ਨ ਲਿਖਿਆ ਆ ਰਿਹਾ ਵਾ ਔਰ ਰਜਿਸਟ੍ਰੇਸ਼ਨ ਕੈਟੇਗਰੀ ਲਾਸਟ ਅਪਡੇਟ ਹੋਣ 4/8/24 ਔਰ ਵਿਊ KOB ਆਪਸ਼ਨ ਆ ਰਹੀ ਹੈ। ਸੋ ਆਪਾਂ ਵਿਊ KOB ਦੇਖ ਲੈਂਦੇ ਹਾਂ। ਸੋ ਇਹਦੇ ਵਿੱਚ ਜੋ ਆਪਾਂ ਲਗਾਇਆ ਸੀ ਫੂਡ ਸਰਵਿਸਿਸ ਮਿਡ ਡੇ ਮੀਲ ਕੰਟੀਨ ਲਿਖਿਆ ਆ ਰਿਹਾ ਵਾ। ਇਸ ਤੋਂ ਬਾਅਦ ਸਟੇਜ 1 ਤੇ ਆਪਣਾ ਸਟੇਟਸ ਕੀ ਆ ਰਿਹਾ, ਪ੍ਰੋਸੈਸਿੰਗ ਆ ਰਿਹਾ ਵਾ, ਯਾਨੀ ਕਿ ਆਪਣਾ ਸਰਟੀਫਿਕੇਟ ਹਲੇ ਜਾਰੀ ਨਹੀਂ ਹੋਇਆ, ਉਹਦੀ ਪ੍ਰੋਸੈਸਿੰਗ ਚੱਲ ਰਹੀ ਹੈ। ਹੁਣ ਆਪਾਂ ਕੀ ਕਰਦੇ ਹਾਂ ਰੈਫਰੈਂਸ ਨੰਬਰ ਨੂੰ ਟੱਚ ਕਰਕੇ ਦੇਖ ਲੈਂਦੇ ਹਾਂ। ਸੋ ਰੈਫਰੈਂਸ ਨੰਬਰ ਨੂੰ ਟੱਚ ਕਰਨ ਤੇ ਕੀ ਹੈ ਕਿ ਆਪਣੇ ਸਾਹਮਣੇ ਆਪਣਾ ਜੋ ਫਾਰਮ ਹੈਗਾ ਵਾ ਉਹ ਖੁੱਲ ਜਾਵੇਗਾ। ਤੁਸੀਂ ਦੇਖ ਸਕਦੇ ਹੋ ਕਿ ਜੋ ਤੁਸੀਂ ਫਾਰਮ ਭਰਿਆ ਸੀਗਾ ਉਹ ਸਾਰੇ ਦਾ ਸਾਰਾ ਫਾਰਮ ਤੁਹਾਡੇ ਸਾਹਮਣੇ ਖੁੱਲ ਚੁੱਕਿਆ ਵਾ, ਜਿਸ ਦਾ ਤੁਸੀਂ ਪ੍ਰਿੰਟ ਲੈ ਸਕਦੇ ਹੋ। ਦੇਖੋ ਨੀਚੇ ਲਿਖਿਆ ਆ ਰਿਹਾ ਵਾ ਰੂਜ਼ਰ ਪੇ 4/8/24 ਦੀ ਜੋ ਟ੍ਰਾਂਜੈਕਸ਼ਨ ਨੰਬਰ, ਇਹਨਾਂ ਤੇ ਪੇਮੈਂਟ ਹੋ ਚੁੱਕੀ ਹੈ 100 ਰੁਪਇਆ। ਠੀਕ ਹੈ ਜੀ। ਸੋ ਇਹ ਆਪਾਂ ਆ ਚੁੱਕਿਆ। ਹੁਣ ਆਪਣਾ ਜੋ ਸਰਟੀਫਿਕੇਟ ਹੈਗਾ ਜਿਸ ਦਿਨ ਵੀ ਆਏਗਾ ਆਪਾਂ ਇੱਥੋਂ ਆਰਾਮ ਨਾਲ ਡਾਊਨਲੋਡ ਕਰ ਸਕਦੇ ਹਾਂ। ਸੋ ਤੁਹਾਨੂੰ ਅਗਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਜਿਹਦਾ ਨਾਮ ਇਨਫੋ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲ ਬਣੇ ਵੈਲ ਆਈਕਨ ਨੂੰ ਦਬਾ ਲਿਓ। ਧੰਨਵਾਦ।